ਸਤਨਾਮ ਸ੍ਰੀ ਵਾਹਿਗੁਰੂ ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ ਬਿਲਪ ਕਰੈ ਚਾਤਰ ਕੀ ਨਿਆਈ ਤਿਰਖਾ ਨਾ ਉਤਰੈ ਸ਼ਾਂਤ ਨ ਆਵੈ ਬਿਨ ਦਰਸ਼ਨ ਸੰਤ ਪਿਆਰੇ ਜੀਓ ਹਾਂ ਕੋਲੀ ਜੀ ਹਾਂ ਕੋਲ ਕਮਾਈ ਗੁਰਦਰਸ਼ਨ ਸੰਤ ਪਿਆਰੇ ਜੀਓ ਮਨ ਲੋਚਦਾ ਪ੍ਰੀਤ ਮਾਂ ਸਾਰੇ
ਸਾਰੇ ਪ੍ਰੇਮੀ ਸੁਬਾਹ 10 ਵਜੇ ਤੋਂ ਬਾਬਾ ਤਰ ਸਿੰਘ ਮਹਾਰਾਜ ਦੀ ਯਾਦ ਅੰਦਰ ਗੁਣੀ ਗਿਆਨੀ ਪ੍ਰਚਾਰਕ ਬਹੁਤ ਕਥਾ ਕੀਰਤਨ ਸੁਣਾਉਂਦੇ ਰਹੇ ਆਓ ਅੱਬ ਜੋ ਟਾਈਮ ਹੈ ਜੋ ਗਿਆਨੀ ਜੀ ਨੇ ਹਟਣ ਵੇਲੇ ਦੱਸਿਆ ਬਈ ਮੇਰਾ ਜਿਹੜਾ ਖਿਆਲ ਹੈ ਜਿੱਧਰ ਨੂੰ ਚੱਲ ਜਾਵੇ ਫਿਰ ਉੱਧਰ ਹੀ ਚੱਲੀ ਜਾਂਦਾ ਹੁਣ ਆਪਾਂ ਨੇ ਇਹਨਾਂ ਦਾ ਵਚਨ ਮੰਨਣਾ ਮੈਂ ਸੰਪਰਤਾ ਦੀ ਹੀ ਗੱਲ ਸੁਣਾਵਾਂਗਾ ਜੋ ਸੁਣਾਵਾਂਗਾ ਆਓ ਜਿਹੜੀ ਸੰਪਰਤਾ ਗੁਰਮੁਖੋ ਗੁਰੂ ਸਾਹਿਬ ਜੀ ਨੇ ਵੀ ਸਿੱਖ ਦੇ ਨਿੱਤ ਕਰਮ ਲਿਖੇ ਨੇ ਗੁਰਬਾਣੀ ਦੇ ਵਿੱਚ ਇਹ ਜਿਹੜੀ ਸੰਪਰਤਾ ਇਹ ਸਿੱਖ ਸੰਪਰਤਾ ਹੈ ਆਓ ਗੁਰੂ ਸਾਹਿਬ ਜੀ ਨੇ ਲਿਖਿਆ ਗੁਰ ਸਤਿਗੁਰ ਕਾ ਜੋ ਸਿੱਖ ਖਾਏ ਪਲਕੇ ਉੱਠਰ ਨਾਮ ਧਿਆਵੈ ਜਿਹੜਾ ਗੁਰੂ ਦਾ ਸਿੱਖ ਹੋਇਆ ਨਾ ਗੁਰੂ ਦਾ ਸਿੱਖ ਕੌਣ ਸੀ ਭਾਈ ਦਇਆ ਸਿੰਘ 2 ਵਜੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਫਿਰ ਨਾਮ ਦਾ ਸਿਮਰਨ ਕਰਦਾ ਸੀ ਗੁਰਮੁਖੋ ਆਓ ਇਹ ਗੁਰੂ ਦਾ ਹੁਕਮ ਹੈ ਸਿੱਖ ਵਾਸਤੇ ਹੋਰ ਜਿਹੜੇ ਵਿਹਾਰ ਆਦਿਕ ਨੇ ਉਹ ਸਰੀਰ ਨਾਲ ਕਰੀਦੇ ਹੁੰਦੇ ਹਨ ਆਓ ਅੰਮ੍ਰਿਤ ਵੇਲਾ ਮਹੂਰਤ ਦਾ ਟਾਈਮ ਹੈ ਇਸ ਨੂੰ ਬਹੁਤ ਤਰਜੀਹ ਦਿੱਤੀ ਹੈ ਗੁਰੂ ਸਾਹਿਬ ਜੀ ਨੇ ਅੰਮ੍ਰਿਤ ਵੇਲੇ ਖੜਕਾ ਦੜਕਾ ਥੋੜ੍ਹਾ ਹੁੰਦਾ ਥੋੜ੍ਹੇ ਖੜਕੇ ਦੇ ਵਿੱਚ ਜਿਹੜੀ ਸੁਰਤ ਹੈ ਨਾਮ ਨਾਲ ਜੁੜਦੀ ਹੈ ਆਓ ਦੱਸਿਆ ਵੀ ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ ਉੱਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੈ ਆਓ ਜਿਹੜੀ ਸੰਪਰਤਾ ਗੁਰਮੁਖੋ ਸਾਰੀ ਸਾਰੀ ਰਾਤ ਤਾਂ ਬੈਠ ਕੇ ਬੰਦਗੀ ਕਰਦੇ ਰਹੇ ਪਰ ਜੋ ਗੁਰੂ ਦਾ ਹੁਕਮ ਸੀ ਨਾ 2 ਵਜੇ ਇਸ਼ਨਾਨ ਕਰਨ ਦਾ ਤਾਂ ਸਮਾਧੀ ਤੋਂ ਅਥਾਨ ਹੋ ਕੇ ਜਿਹਾ ਜਿਹਾ ਸਮਾਂ ਜਿਹੀ ਜਿਹੀ ਜਗ੍ਹਾ ਉੱਥੇ ਫਿਰ ਇਸ਼ਨਾਨ ਕਰਦੇ ਨਦੀ ਆ ਤਾਂ ਨਦੀ 'ਚ ਇਸ਼ਨਾਨ ਕਰਦੇ ਜਾਂ ਗੁਸਲਖਾਨਾ ਤਾਂ ਗੁਸਲਖਾਨੇ 'ਚ ਇਸ਼ਨਾਨ ਕਰਦੇ ਜਾਂ ਤਲਾਅ ਦੇ ਵਿੱਚ ਇਸ਼ਨਾਨ ਕਰਦੇ ਇਸ਼ਨਾਨ ਕਰਕੇ ਫਿਰ ਸਮਾਧੀ ਦੇ ਵਿੱਚ ਬੈਠਦੇ ਸਨ ਆਓ 3 ਹਿੱਸਿਆਂ ਦੇ ਵਿੱਚ ਬੋਲਿਓ ਪਹਿਲਾਂ ਜਥਾ ਬੋਲੇਗਾ ਫਿਰ ਸਾਰੇ ਭਾਈ ਫਿਰ ਸਾਰੀਆਂ ਬੀਬੀਆਂ ਗੱਜ ਵੱਜ ਕੇ ਬੋਲੋ ਪੜੋ ਪ੍ਰੇਮ ਦੇ ਬਲਕੇ ਉੱਠ ਕੇ ਸਿਆਵੇ ਸਾਰੇ ਬੈਠਾ ਸਮਾਧੀਆਂ ਲਾ ਕੇ ਸਿੱਖ ਜਿਹੜਾ ਸਤਿਗੁਰ ਆਪਾਂ ਸਿੱਖੇ ਹਾਂ ਸਾਰੇ ਸਤਿ ਸ਼੍ਰੀ ਅਕਾਲ।
ਜੀ ਨੇ ਗੁਰਬਾਣੀ ਦੇ ਵਿੱਚ ਸਿੱਖ ਦਾ ਜਿਹੜਾ ਨਿੱਤ ਕਰਮ ਹੈ ਨਾ, ਜਦ ਉਹ ਬਿਲਾ ਨਾਗਾ ਕਰਦਾ ਨਿੱਤ ਕਰਮ, ਐ ਨਹੀਂ ਵੀ ਮਹੀਨਾ ਉੱਠ ਖੜ ਗਿਆ ਸਾਲ ਪਰ ਉੱਠਿਆ ਹੀ ਨਹੀਂ, ਫਿਰ ਨਹੀਂ ਉਹ ਵਸਤੂ ਪ੍ਰਾਪਤ ਹੋਵੇਗੀ। ਬਿਲਾ ਨਾਗਾ ਨਿਤਨੇਮ ਜੀ ਨੂੰ ਕਹਿੰਦੇ ਹਨ। ਨਿਤਨੇਮ ਦੇ ਵਿੱਚ ਤਾਕਤ ਹੈ ਗੁਰਮੁਖੋ। ਇਸ਼ ਗੁਰੂ ਸਿੱਖ ਨੂੰ ਕੋਈ ਉਪਦੇਸ਼ ਕੀ ਕੋਈ ਮੰਤਰ ਦੱਸਦਾ ਗੁਰਮੁਖੋ। ਉਪਦੇਸ਼ ਗੁਰੂ ਹਰ ਹਰ ਜਪ ਜਪ ਹੈ, ਉਹਦਾ ਫਿਰ ਜਾਪ ਕਰਦਾ ਬੈਠ ਕੇ, ਇੱਕੋ ਹੀ ਚੀਜ਼ ਦਾ ਰਟਨ ਕਰਦਾ, ਜਿਹਨੂੰ ਯਾਦ ਵੀ ਕਹਿੰਦੇ ਨੇ, ਇਹਨੂੰ ਅਭਿਆਸ ਵੀ ਕਿਹਾ ਜਾਂਦਾ। ਫਿਰ ਅਭਿਆਸ ਕਰਦਿਆਂ ਕਰਦਿਆਂ ਉਸ ਅਭਿਆਸ ਦੀ ਤਾਕਤ ਕੀ ਹੈ? ਜਿਹੜਾ ਕੋਈ ਕੰਮ ਕਰਦਾ ਉਹਦਾ ਫਲ ਵਸ ਮਿਲੇਗਾ, ਅਭਿਆਸ ਕਰਨ ਵਾਲੇ ਨੂੰ ਕੀ ਫਲ ਮਿਲੇਗਾ? ਸਭ ਕਿਲੇ ਵਿਖ ਦੋਖ ਪਾਪ ਲੈ ਜਾਵੇ। ਇਹ ਜਿਹੜਾ ਅੰਤਸ਼ਕਰਨ ਹੈ ਨਾ, ਜਿਹਦੇ ਵਿੱਚ ਨਿਰਾਕਾਰ ਦੇਸ਼ ਦਾ ਵਾਸ ਹੈ ਨਾ, ਜਾਂ ਨਿਰਾਕਾਰ ਦਾ ਵਾਸ ਹੈ ਜਿਹੜੇ ਅੰਤਸ਼ਕਰਨ ਦੇ ਵਿੱਚ, ਉਹਦੇ ਉੱਤੇ ਤਿੰਨ ਪਰਦੇ ਆਏ ਹੋਏ ਨੇ। ਕਿਤੇ ਪੰਜ ਦੱਸੇ ਨੇ, ਆਓ ਦੱਸਿਆ ਵੀ ਮਲ, ਬਗਸ਼ੇਵ ਔਰ ਵਰਣ, ਇਹ ਤਿੰਨ ਨੇ। ਜਦ ਫਿਰ ਇਹ ਸਿਮਰਨ ਕਰਦਾ, ਸਭ ਕਿਲ ਬਿਖ ਦੋਖ ਲੈ ਜਾਵੇ, ਫਿਰ ਕੀ ਕਰੇ ਜੀ? ਫਿਰ ਇਹ ਸਿਮਰਨ ਕਰਕੇ ਦਿਨੇ ਗੱਪਾਂ ਮਾਰੇ? ਨਹੀਂ। ਫਿਰ ਕੀ ਕਰੇ? ਚੜ੍ਹੇ ਦਿਵਸ ਗੁਰਬਾਣੀ ਗਾਵੇ। ਕਿਉਂ? ਜਾਨਵਰ ਬੋਲਣ ਲੱਗ ਜਾਂਦੇ ਨੇ, ਇਨਸਾਨ ਫਿਰਨ ਤੁਰਨ ਲੱਗ ਜਾਂਦੇ ਨੇ, ਜਿਹੜੀ ਵਿਰਤੀ ਆ ਖਟਾ ਦੇ ਵਿੱਚ ਚਲੀ ਜਾਂਦੀ ਹੈ। ਉਸ ਫਿਰ ਮਨ ਨੂੰ ਕਿਹਦੇ ਨਾਲ ਜੋੜੇ? ਗੁਰਬਾਣੀ ਨਾਲ ਜੋੜਨਾ, ਗੁਰਬਾਣੀ ਦੇ ਨਾਲ। ਗੁਰਬਾਣੀ ਵੀ ਉਤਨੀ ਉੱਚੀ ਪੜ੍ਹਨੀ ਹੈ ਜਿਹੜੀ ਆਪਣੇ ਕੰਨਾਂ ਨੂੰ ਸੁਣਦਾ ਰਹੇ। ਚੜ੍ਹੇ ਦਿਵਸ ਗੁਰਬਾਣੀ ਗਾਵੇ। ਫਿਰ ਜੀ ਪੰਜਾਂ ਬਾਣੀਆਂ ਦਾ ਪਾਠ ਕਰ ਲਿਆ, ਸੁਖਮਨੀ ਸਾਹਿਬ ਦਾ ਪਾਠ ਕਰ ਲਿਆ, ਬਸ ਫਿਰ ਇਤਨਾ ਹੀ ਬਹੁਤ ਹੈ? ਗੁਰੂ ਸਾਹਿਬ ਜੀ ਕਹਿੰਦੇ ਨਹੀਂ, ਬਹਿੰਦਿਆਂ ਉੱਠਦਿਆਂ ਹਰ ਨਾਮ 'ਤੇ ਆਵੇ। ਜਿਹੜਾ ਆਪਣਾ ਖਿਆਲ ਹੈ ਨਾ, ਬੈਠਣਾ ਉੱਠਣਾ ਹੁੰਦਾ ਕੰਮ ਕਰਨ ਵੇਲੇ। ਦੇਖ ਲਓ, ਕਦੇ ਆਪਾਂ ਬੈਠ ਕੇ ਕੰਮ ਕਰਦੇ ਹਾਂ, ਕਦੇ ਖੜ੍ਹ ਕੇ ਕੰਮ ਕਰਦੇ ਹਾਂ, ਕਦੇ ਤੁਰ ਫਿਰ ਕੇ ਕੰਮ ਕਰਦੇ ਹਾਂ। ਜਿਵੇਂ ਸੇਵਾ, ਇਸ ਤਰ੍ਹਾਂ ਦਾ ਹੀ ਹੈ ਸਭ। ਕਹਿੰਦੇ ਫਿਰ ਬਹਿੰਦਿਆਂ ਉੱਠਦਿਆਂ ਹਰ ਨਾਮ 'ਤੇ ਆਵੇ। ਪਰਮੇਸ਼ਰ ਦਾ ਨਾਮ ਹੈ ਨਾ ਜਿਹੜਾ, ਉਹਦਾ ਸਿਮਰਨ ਕਰਦਾ ਰਹੇ, ਹੱਥੀ ਪੈਰੀ ਕੰਮ ਕਰੀ ਜਾਵੇ। ਅਤੇ ਜਿਹੜਾ ਖਿਆਲ ਹੈ ਨਾ ਮਨ, ਉਹ ਕਹਿੰਦੇ ਵਾਹਿਗੁਰੂ ਦੇ ਨਾਮ ਨਾਲ ਜੋੜ ਛੱਡੇ। ਔਰ ਇਸ ਤਰ੍ਹਾਂ ਦੱਸਿਆ ਅੱਗੇ, ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ। ਸਾਸ ਗਰਾਸ ਕਹਿੰਦੇ ਨੇ, ਜਿਹੜਾ ਸਾਹ ਹੈ ਨਾ, ਸਾਸ ਕਹਿੰਦੇ ਜਾਂਦਾ ਥੱਲੇ ਨੂੰ, ਜਦ ਨਾਭੀ ਦੇ ਗੇੜਾ ਦੇ ਕੇ ਉੱਤੇ ਨੂੰ ਆਉਂਦਾ, ਉਹਨੂੰ ਫਿਰ ਗਰਾਸ ਕਹਿ ਦਿੰਦੇ ਨੇ। ਇਸ ਦੇ ਨਾਲ ਵਾਹਿਗੁਰੂ ਮੰਤਰ ਨੂੰ ਜੋੜ ਦੇਣਾ। ਸਾਹ ਦੀ ਜਿਹੜੀ ਰਫਤਾਰ ਹੈ, ਇਹ ਖੜ੍ਹਦੀ ਨਹੀਂ ਹੈ। ਸਾਹ ਨੇ ਬੰਦ ਨਹੀਂ ਹੋਣਾ ਹੈ। ਸਾਹ ਸੁੱਤਿਆਂ ਪਿਆਂ ਵੀ ਨਹੀਂ ਬੰਦ ਹੁੰਦਾ ਹੈ। ਸਾਹ ਬੰਦ ਕਦ ਹੋਵੇਗਾ? ਜਦ ਇਹਦੇ 'ਚੋਂ ਚੇਤਨ ਕਲਾ ਨਿਕਲੇਗੀ, ਉਨਾ ਚਿਰੇ ਚੱਲਦਾ ਰਹੇਗਾ। ਸਾਸ ਗਰਾਸ ਧਿਆਏ ਮੇਰਾ ਹਰ ਹਰ, ਇਹ ਵੀ ਯੁਗਤੀ ਹੈ ਇੱਕ। ਇਹ ਕਈ ਕਿਸਮ ਦਾ, ਇਹ ਮਹਾਂਪੁਰਸ਼ਾਂ ਤੋਂ ਇਹ ਵਸਤੂ ਪ੍ਰਾਪਤ ਹੁੰਦੀ ਹੈ।
ਜੋ ਸਾਸ ਗ੍ਰਾਸ ਧਿਆਏ ਮੇਰਾ ਹਰ ਹਰ ਸੋ ਗੁਰ ਸਿੱਖ। ਉਹ ਜਿਹੜਾ ਸਿੱਖ ਹੈ ਨਾ ਕਹਿੰਦੇ ਉਹ ਗੁਰੂ ਨੂੰ ਭਾ ਜਾਂਦਾ ਹੈ, ਕਹਿੰਦੇ ਪਿਆਰਾ ਲੱਗਦਾ ਗੁਰੂ ਉਹਦੇ 'ਤੇ ਖੁਸ਼ ਹੋ ਜਾਂਦਾ ਕਿ ਉਹ ਹੁਕਮ ਅਨੁਸਾਰ ਚੱਲਦਾ ਨਾ ਗੁਰੂ ਦੇ। ਜੋ ਗੁਰੂ ਦਾ ਹੁਕਮ ਹੈ ਨਾ ਉਹਦੇ ਅਨੁਸਾਰ ਆਪਣਾ ਜੀਵਨ ਢਾਲਦਾ ਹੈ। ਇਹ ਜਿਹੜੀ ਸੰਪਰਤ ਹੈ ਨਾ, ਜੋ ਗੁਰੂ ਦਾ ਹੁਕਮ ਸੀ ਉਸ ਦੇ ਅਨੁਸਾਰ ਜੀਵਨ ਢਾਲਦੇ ਰਹੇ ਭਾਈ ਦਿਆ ਸਿੰਘ ਤੋਂ ਲੱਗ ਕੇ। ਫਿਰ ਗੁਰੂ ਨੇ ਆਪੇ ਹੀ ਮਿਹਰਬਾਨ ਹੋ ਜਾਣਾ, ਦਿਆਲ ਹੋ ਜਾਣਾ। ਜਿਸ ਨੂੰ ਦਿਆਲ ਹੋਏ ਮੇਰਾ ਸੁਆਮੀ ਤਿਸ ਗੁਰ ਸਿੱਖ, ਗੁਰੂ ਉਪਦੇਸ਼ ਸੁਣਾਵੇ। ਅਤੇ ਜਾਪ ਤਾਂ ਉਹ ਪਹਿਲਾਂ ਵੀ ਕਰਦਾ ਸੀ, ਪਰ ਇਹ ਜਿਹੜਾ ਉਪਦੇਸ਼ ਹੈ ਹੋਰ ਹੈ ਗੁਰੂ। ਇਹ ਜਿਹੜਾ ਜੀਵ ਹੈ ਨਾ ਇਹ ਹੈ ਤਾਂ ਆਤਮਾ ਦੀ ਅੰਸ਼ ਹੈ, ਪਰ ਇਹਨੇ ਆਪਣੇ ਆਪ ਨੂੰ ਸਰੀਰ ਮੰਨ ਲਿਆ। ਇਹਨੂੰ ਵਰਣ ਕਹਿੰਦੇ ਨੇ, ਵਰਣ ਭੁਲੇਖਾ। ਜਦ ਇਸ ਦਾ ਮਨ ਹੋ ਜਾਵੇਗਾ ਸਾਫ ਅਤੇ ਆਤਮਾ ਦਾ ਭਾਸ ਵੀ ਪੈਣ ਲੱਗ ਜਾਵੇ ਅੰਤਾਸ਼ਕਰਨ ਦੇ ਵਿੱਚ, ਤਾਂ ਫਿਰ ਜਿਹੜਾ ਗੁਰੂ ਹੁੰਦਾ ਜੀਵ ਆਤਮਾ ਦੇ ਜਿਹੜੇ ਬੋਧਕ ਵਚਨ ਨੇ ਨਾ, ਜਾਣੀ ਜੀਵ ਆਪਣੇ ਆਪ ਨੂੰ ਜਿਹੜਾ ਸਰੀਰ ਮੰਨਦਾ ਨਾ, ਫਿਰ ਉਹ ਗੁਰੂ ਦੀ ਕਿਰਪਾ ਦੁਆਰਾ ਆਪਣੇ ਆਪ ਨੂੰ ਜੀਵਪਣਾ ਛੱਡ ਕੇ ਆਤਮਾ ਮੰਨਣ ਲੱਗ ਜਾਏਗਾ। ਇਹਨੂੰ ਕਹਿੰਦੇ ਨੇ ਗਿਆਨ ਹੈ। ਫਿਰ ਜਿਹੜਾ ਇਹੀ ਜਿਹੀ ਅਵਸਥਾ ਵਾਲਾ ਸਿੱਖ ਹੋ ਗਿਆ, ਜਿਹੜਾ ਆਤਮਾ ਦੇ ਵਿੱਚ ਮਿਲ ਗਿਆ, ਆਪਣੀ ਸੁਰਤ ਨੂੰ ਆਤਮਾ ਦੇ ਵਿੱਚ ਲੈ ਕਰ ਦਿੱਤਾ, ਉਹਦੀ ਵਾਪਤ ਉਹਦੀ ਵਡਿਆਈ ਗੁਰੂ ਸਾਹਿਬ ਨੇ ਫਿਰ ਕੀ ਕੀਤੀ ਅੱਗੇ, ਜਨ ਨਾਨਕ ਧੂੜ ਮੰਗੇ ਤਿਸ ਗੁਰ ਸਿੱਖ ਕੀ। ਕਿਹੜੇ ਦੀ? ਜਿਹਦਾ ਭਰਮ ਦੂਰ ਹੋ ਗਿਆ, ਜਿਹਦਾ ਵਰਣ ਦੋਸ਼ ਦੂਰ ਹੋ ਗਿਆ ਉਹਦੀ। ਆਪ ਜਪੇ ਅਵਰਾ ਨਾਮ ਜਪਾਵੇ। ਜਿਹੜਾ ਆਤਮਦਰਸ਼ੀ ਗੁਰਸਿੱਖ ਹੋਇਆ ਨਾ ਉਹਨੇ ਆਤਮਾ ਨੂੰ ਸਾਖਿਆਤ ਕਰ ਲਿਆ, ਉਹ ਫਿਰ ਦੂਸਰਿਆਂ ਨੂੰ ਮਦਦ ਦਿੰਦਾ। ਗੁਰੂ ਨਹੀਂ ਹੁੰਦਾ ਉਹ ਮਦਦ ਦਿੰਦਾ ਹੁੰਦਾ, ਉਹਨੇ ਵਸਤੂ ਪ੍ਰਾਪਤ ਕਰੀ ਆ ਗੁਰੂ ਕੋਲੋਂ। ਉਹ ਜਿਹੜਾ ਸਿੱਖ ਹੈ ਉਹ ਫਿਰ ਹੋਰਾਂ ਨੂੰ ਵੀ ਮਦਦ ਕੀ ਨਾਮ ਜਪਣ ਦੀਆਂ ਯੁਗਤੀਆਂ ਦੱਸਦਾ ਗੁਰਮੁਖ। ਉਹ ਇਹ ਜੇ ਗੁਰਸਿੱਖਾਂ ਦੀ ਸੰਪਰਤਾ ਇਹ ਕਲਗੀਧਰ ਮਹਾਰਾਜ 'ਚ ਚੱਲੀ ਹੈ ਭਾਈ ਦਿਆ ਸਿੰਘ ਤੋਂ ਅੱਗੇ ਹੌਲੀ ਹੌਲੀ। ਇਹ ਸੰਪਰਦਾ ਦੇ ਵਿੱਚ ਦੋ ਗੁਣ ਨੇ, ਦੋ। ਇੱਕ ਤਾਂ ਇਹ ਆਪਣੀ ਮੌਜ ਨਾਲ ਜਾਂਦੇ ਨੇ ਸੰਪਰਦਾ ਦੇ ਜਿਹੜੇ ਮੁਖੀ ਹੁੰਦੇ ਨੇ, ਇੱਕ ਇਹਨਾਂ ਦੇ ਵਿੱਚ ਨਿਰਭੈਤਾ, ਇਹ ਡਰਦੇ ਨਹੀਂ ਕਿਸੇ ਕੋਲੋਂ, ਇਹ ਡਰਦੇ ਨਹੀਂ ਹਨ। ਐਨ ਪ੍ਰੈਕਟੀਕਲੀ ਮੈਂ ਤੁਹਾਨੂੰ ਜ਼ਾਹਰ ਕਰਕੇ ਦਿਖਾ ਲਾਂਗਾ, ਕਹਾਵਤ ਨਹੀਂ ਹੈ। ਆਓ ਇਸ ਤਰ੍ਹਾਂ ਦੇ ਨਾਲ ਭਾਈ ਦਿਆ ਸਿੰਘ ਜੀ ਕਲਗੀਧਰ ਮਹਾਰਾਜ ਜੀ ਜ਼ੁਲਮ ਨੂੰ ਦੂਰ ਕਰਦੇ ਹੋਏ ਹਜ਼ੂਰ ਸਾਹਿਬ ਜੀ ਨੂੰ ਆਪਾਂ ਸੱਚ ਕੁਝ ਖੰਡ ਕਹਿੰਦੇ ਹਾਂ, ਉੱਧਰਲੇ ਲੋਕ ਤਾਂ ਉੱਥੇ ਨੰਦੇੜ ਕਹਿੰਦੇ ਨੇ ਉਹਨੂੰ। ਉੱਥੇ ਚਲੇ ਗਏ ਕਲਗੀਧਰ ਮਹਾਰਾਜ ਜੀ ਦੇ ਨਾਲ। ਕਬੀਰ ਸਾਹਿਬ ਜੀ ਨੇ ਵੀ ਲਿਖਿਆ, ਕਬੀਰ ਜਿਸ ਮਰਨੇ 'ਤੇ ਜੱਗ ਡਰੇ, ਮੇਰੇ ਮਨ ਆਨੰਦ ਮਰਨੇ ਹੀ 'ਤੇ ਪਾਈਏ ਪੂਰਨ ਪਰਮਾਨੰਦ। ਉਹ ਜਿਹੜੀ ਵਿਦੇਹ ਮੁਕਤ ਹੈ ਨਾ ਉਹ ਜਿੰਨਾ ਚਿਰ ਸਰੀਰ ਆ ਉਨਾ ਚਿਰ ਨਹੀਂ ਉਹ ਭਾਸਦੀ, ਉਨਾ ਚਿਰ ਉਹਦੇ 'ਚ ਇਹ ਲੈ ਨਹੀਂ ਹੋ ਸਕਦਾ ਹੁੰਦਾ। ਇਹ ਚਾਹੁੰਦਾ ਵੀ ਸਰੀਰ 'ਚੋਂ ਨਿਕਲ ਕੇ ਮੈਂ ਜਿਹੜਾ ਮੇਰਾ ਸਰੂਪ ਹੈ ਨਿਰਾਕਾਰ ਆਤਮਾ ਉਹਦੇ ਵਿੱਚ ਲੈ ਹੋ ਜਾਵਾਂ। ਉਹ ਇਸ ਤਰ੍ਹਾਂ ਦੇ ਨਾਲ ਕਲਗੀਧਰ ਮਹਾਰਾਜ ਜੀ ਉੱਥੇ ਦੁਨੀਆਂ ਦਾ ਭਲਾ ਕਰਦੇ ਰਹੇ, ਸਰਾਪੇ ਹੋਏ ਜੀਵਾਂ ਦਾ ਆਧਾਰ ਕਰਦੇ ਰਹੇ ਅਤੇ ਫਿਰ ਬਚਨ ਬਲਾਸ ਕਰਨ ਲੱਗ ਗਏ, ਜਿਵੇਂ
ਰੇਰੂ ਸਾਹਿਬ ਵਾਲੇ ਮਹਾਰਾਜ ਜੀ ਨੇ ਸਾਲ ਅੱਗੋਂ ਬਚਨ ਅਮਰਾਸ ਕਰਨੇ ਸ਼ੁਰੂ ਕਰੇ ਬਈ ਅਸੀਂ ਹੁਣ ਚੋਲੇ ਦੀ ਬਦਲੀ ਕਰਨੀ ਹੈ। ਉਹ ਇਸੇ ਤਰ੍ਹਾਂ ਕਲਗੀਧਰ ਮਹਾਰਾਜ ਕਹਿਣ ਲੱਗੇ ਨੇ ਅਸੀਂ ਆਪਣੇ ਦੇਸ਼ ਨੂੰ ਜਾਣਾ। ਅਤੇ ਫਿਰ ਭਾਈ ਦਇਆ ਸਿੰਘ ਨੇ ਇਹ ਗੱਲ ਸੁਣੀ ਜੋ ਗੁਰਬਾਣੀ ਦੱਸਦੀ ਹੈ ਵੀ ਜਿਹੜੇ ਗੁਰੂ ਦੇ ਨਾਲ ਪਿਆਰ ਹੋਇਆ ਨਾ ਕਹਿੰਦੇ ਉਸ ਤੋਂ ਪਹਿਲਾਂ ਜਾਣਾ ਚਾਹੀਦਾ। ਹੁਣ ਸਾਡੀ ਵਸਤਾ ਨਹੀਂ ਪਹਿਲਾਂ ਜਾਣ ਦੀ, ਕੀ ਆ ਗੁਰੂ ਦਾ ਹੁਕਮ ਹੋਵੇਗਾ ਬਈ ਤਾਂ ਜਾਣਾ ਨਹੀਂ ਹੈ, ਤੇਰੇ ਕੋਲੋਂ ਅਸੀਂ ਕੰਮ ਲੈਣਾ ਜੇ। ਹੁਣ ਆਪਣੇ ਬੜੇ ਮਹਾਰਾਜ ਜੀ ਜਾ ਸਕਦੇ ਸਨ ਪਰ ਨਹੀਂ, ਬਾਬਾ ਅਤਰ ਸਿੰਘ ਮਹਾਰਾਜ ਜੀ ਦਾ ਹੁਕਮ ਸੀ ਵੀ ਤੁਸੀਂ ਇਹ ਨਹੀਂ ਗੱਲ ਕਰਨੀ ਹੈ, ਤੁਹਾਡੇ ਕੋਲੋਂ ਤਾਂ ਦੁਨੀਆ ਦਾ ਭਲਾ ਕਰਾਉਣਾ ਨਾਦ ਦੁਆਰਾ ਗੁਰਬਾਣੀ ਦੁਆਰਾ। ਉਹ ਇਸ ਤਰ੍ਹਾਂ ਦੇ ਨਾਲ ਇਹ ਵੀ ਬਚਨ ਮਿਲਾਸ ਫਿਰ ਅਖੀਰ 'ਚ ਜਾ ਕੇ ਉਹ ਕਰਨ ਲੱਗੇ ਨੇ, ਪਹਿਲਾਂ ਨਹੀਂ ਸੀ ਕਰਦੇ। ਭਾਈ ਦਇਆ ਸਿੰਘ ਨੇ ਸੋਚਿਆ ਬਈ ਗੁਰੂ ਦੇ ਨਾਲ ਹੈ ਪਿਆਰ, ਜੈਸੇ ਗੁਰਬਾਣੀ ਦੱਸਦੀ ਹੈ ਜਿਸ ਪਿਆਰੇ ਸਿਉਂ ਨਿਉਂ ਤਿਸ ਅੱਗੇ ਮਰ ਚੱਲੀਐ ਤਿਰਗ ਜੀਵਨ ਸੰਸਾਰ ਤਾਂ ਕਿ ਪਾਛੇ ਜੀਵਣਾ। ਇਹ ਬਾਣੀ ਦੀ ਪੰਗਤੀ ਨੂੰ ਮੁੱਖ ਰੱਖਦੇ ਹੋਏ ਹੁਣ ਸਰੀਰ ਦਾ ਆਪਣੀ ਖੁਸ਼ੀ ਦੇ ਨਾਲ ਤਿਆਗ ਕਰਨਗੇ। ਪੜ੍ਹੋ ਪ੍ਰੇਮ ਦੇ ਤਿਰਗ ਜੀਵਣਾ ਸੰਸਾਰ ਪਿਆਰੇ ਤਾਕਤ ਨਹੀਂ ਸੀ ਰੱਖਦੇ ਹੋਏ ਉਹਨਾਂ ਦੇ ਵਿੱਚ ਨਾਲੇ ਤਾਕਤ ਸੀ ਗੁਰਮੁਖ। ਗੋਦਾਵਰੀ ਦੇ ਕਿਨਾਰੇ ਕੁਸ਼ਾ ਦਾ ਆਸਣ ਵਿਛਾ ਕੇ ਚਾਦਰ ਤਾਣ ਕੇ ਸਰੀਰ ਦੇ ਵਿੱਚੋਂ ਇਉਂ ਨਿਕਲ ਗਏ ਜਿਵੇਂ ਸੱਪ ਹੁੰਦਾ ਨਾ ਸੱਪ, ਉਹ ਕੁੰਜ ਦੇ ਵਿੱਚੋਂ ਨਿਕਲ ਕੇ ਫਿਰ ਕੁੰਜ ਕੰਨੀ ਨਹੀਂ ਦੇਖਦਾ ਹੁੰਦਾ, ਬਸ ਨਿਕਲ ਗਏ ਸਰੀਰ ਦੇ ਵਿੱਚੋਂ। ਸੰਗਤਾਂ ਨੂੰ ਪਤਾ ਲੱਗਿਆ ਜੋ ਗੁਰੂ ਘਰ ਦੀ ਮਰਜ਼ਾਦਾ ਹੈ, ਜਦ ਤਾਂ ਕੋਈ ਖੁਸ਼ੀ ਦਾ ਟਾਈਮ ਹੁੰਦਾ ਫਿਰ ਖੁਸ਼ੀ ਦੇ ਸ਼ਬਦ ਪੜ੍ਹੇ ਜਾਂਦੇ ਨੇ, ਜਦ ਕੋਈ ਐਸਾ ਟਾਈਮ ਹੁੰਦਾ ਫਿਰ ਮਾਰੂ ਰਾਗ ਦੇ ਸ਼ਬਦ ਪੜ੍ਹੇ ਜਾਂਦੇ ਨੇ। ਸਾਰੀਆਂ ਸੰਗਤਾਂ
ਇਸ ਤਰ੍ਹਾਂ ਦੇ ਨਾਲ ਸ਼ਬਦ ਪੜ੍ਹਨ ਲੱਗ ਗਈਆਂ। ਦੁਪਹਿਰ ਦਾ ਟਾਈਮ ਸੀ, ਕਲਗੀਧਰ ਮਹਾਰਾਜ ਜੀ ਪ੍ਰਸ਼ਾਦ ਪਾਣੀ ਛੱਕ ਕੇ ਪਲੰਗ 'ਤੇ ਬਿਰਾਜ ਗਏ। ਅਰਦੜੀਆ ਜਿਹੜਾ ਉਹ ਬਾਹਰਲੇ ਵੈਸੇ ਬੈਠਾ, ਇਸ ਤਰ੍ਹਾਂ ਦੇ ਨਾਲ ਪੜ੍ਹਦੇ ਨੇ, ਪੜ੍ਹੋ ਪ੍ਰੇਮ। ਜਿਹਦੇ ਦਰ ਤੇ ਝੂਲਦੇ ਹਾਥੀ, ਸ਼ਬਦ ਪੜ੍ਹਨ ਲੱਗ ਗਈਆਂ। ਕਲਗੀਧਰ ਮਹਾਰਾਜ ਜੀ ਦੀ ਜਾਗ ਖੁੱਲ੍ਹ ਗਈ। ਅਰਦੜੀ ਸਿੰਘ ਨੂੰ ਕਹਿਣ ਲੱਗੇ, ਭਾਈ ਸੰਗਤਾਂ ਮਾਰੂ ਸ਼ਬਦ ਕਿਉਂ ਪੜ੍ਹਦੀਆਂ ਨੇ? ਕਹਿਣ ਲੱਗਾ, ਮਹਾਰਾਜ ਜੀ, ਭਾਈ ਦਇਆ ਸਿੰਘ ਜੀ ਚੜ੍ਹਾਈ ਕਰ ਗਏ। ਕਹਿਣ ਲੱਗੇ, ਬਿਨਾਂ ਸਾਨੂੰ ਮਿਲ ਕੇ ਜਾਣਾ ਸੀ, ਜਿਹੜੇ ਦੇਸ਼ ਤੋਂ ਅਸੀਂ ਆਏ ਹਾਂ ਉਸੇ ਦੇਸ਼ 'ਚ ਉਹਨਾਂ ਨੇ ਜਾਣਾ ਸੀ, ਅਸੀਂ ਆਪਣੇ ਜਾਓ। ਕਹਿੰਦੇ, ਚਰਨਾਂ ਕੰਨੀ ਖੜ ਕੇ ਆਵਾਜ਼ ਦਿਓ ਵੀ ਕਲਗੀਧਰ ਮਹਾਰਾਜ ਜੀ ਯਾਦ ਕਰਦੇ ਨੇ, ਮਿਲ ਕੇ ਜਾਣਾ ਸੀ। ਸਿੱਖ ਗਿਆ ਦੌੜ ਕੇ, ਚੇਤਨ ਕਾਲਾ ਤੋਂ ਸਰੀਰ ਖਾਲੀ ਪਿਆ, ਆਵਾਜ਼ ਦਿੱਤੀ, ਭਾਈ ਦਇਆ ਸਿੰਘ ਜੀ, ਤੁਹਾਨੂੰ ਤਾਂ ਕਲਗੀਧਰ ਮਹਾਰਾਜ ਜੀ ਯਾਦ ਕਰਦੇ ਨੇ ਵੀ ਸਾਨੂੰ ਮਿਲ ਕੇ ਜਾਣਾ ਸੀ। ਵਾਹਿਗੁਰੂ ਵਾਹਿਗੁਰੂ ਕਰਦੇ ਬੈਠੇ ਹੋ ਗਏ ਗੁਰਮੁਖੋ। ਗੁਰਬਾਣੀ ਦੇ ਵਿੱਚ ਲਿਖਿਆ ਨਾ, ਗੁਰਮੁਖ ਆਏ ਜਾਏ ਨਿਸੰਗ।
ਇਹ ਸੰਪਰਦਾ ਦੇ ਵਿੱਚ ਜੋ ਗੁਰਬਾਣੀ ਕਹਿੰਦੀ ਆ ਉਹ ਘਟਦੀ ਰਹੀ ਮੁਖੀਆਂ ਦੇ ਵਿੱਚ, ਆਪ ਵੀ ਘਟਦੀ ਹੈ। ਉਹ ਇਸ ਤਰ੍ਹਾਂ ਦੇ ਨਾਲ ਪੜ੍ਹੋ ਪ੍ਰੇਮ ਦੇ ਨਾਲ। ਸਿੰਘ ਜੀ, ਸਿੱਖ ਨੇ ਮਾਰੀ ਆਵਾਜ਼ ਤਾਂ ਬੈਠੇ ਹੋ ਗਏ, ਸਿੱਖ ਦੇ ਨਾਲ ਤੁਰੇ ਆਉਂਦੇ ਨੇ। ਕਲਗੀਧਰ ਮਹਾਰਾਜ ਜੀ ਪਣਗ 'ਤੇ ਬੈਠੇ ਨੇ, ਨਮਸਕਾਰ ਕਰਕੇ ਸਾਹਮਣੇ ਖੜ੍ਹੇ ਹੋ ਗਏ। ਕਹਿਣ ਲੱਗੇ, ਭਾਈ ਸਾਹਿਬ ਜੀ, ਸਾਨੂੰ ਮਿਲ ਕੇ ਜਾਣਾ ਸੀ, ਅਸੀਂ ਪ੍ਰੀਤਮ ਨੂੰ ਕੋਈ ਸੁਨੇਹਾ ਕੋਈ ਸੰਦੇਸ਼ ਦਿੰਦੇ। ਭਾਈ ਦਇਆ ਸਿੰਘ ਜੀ ਕਹਿਣ ਲੱਗੇ, ਮਹਾਰਾਜ ਜੀ ਹੁਕਮ ਆ ਗਿਆ ਸੀ। ਕਹਿੰਦੇ, ਠੀਕ ਆ, ਹੁਕਮ ਦੇ ਵਿੱਚ ਤਾਂ ਅਸੀਂ ਵੀ ਹਾਂ। ਆਓ ਇਸ ਤਰ੍ਹਾਂ ਦੇ ਨਾਲ ਇਉਂ ਦੱਸ, ਤੂੰ ਤੈਨੂੰ ਇੱਕ ਸਿੱਖ ਦੀ ਆਵਾਜ਼ ਕਿੱਥੇ ਸੁਣੀ ਆ, ਤੂੰ ਕਿੱਥੇ ਚਲਿਆ ਗਿਆ ਸੀ ਜਦ? ਭਾਈ ਦਇਆ ਸਿੰਘ ਕਹਿੰਦਾ, ਮਹਾਰਾਜ ਜੀ, ਮੈਂ ਸੱਚਖੰਡ ਦੀ ਡਿਊੜੀ 'ਤੇ ਚਲਿਆ ਗਿਆ ਸੀ, ਉੱਥੇ ਮੈਨੂੰ ਸਿੱਖ ਦੀ ਆਵਾਜ਼ ਸੁਣੀ ਹੈ, ਮੈਂ ਵਾਪਸ ਮੁੜਿਆ ਆ, ਹੈ ਬਾਣੀ ਸੱਚੀ ਕਰਕੇ ਦਿਖਾਲੀ ਗੁਰੂ। ਔਰ ਇੱਥੇ ਨਹੀਂ, ਜਿਨ੍ਹਾਂ ਦੀ ਵਰਸੀ 'ਤੇ ਆਪਾਂ ਹੁਣ ਬੈਠੇ ਹਾਂ ਨਾ, ਵਰਸੀ 'ਤੇ, ਉਹਨਾਂ ਨੇ ਵੀ ਸਰੀਰ ਛੱਡਣ ਵੇਲੇ ਇਹ ਹੁਕਮ ਕਰਿਆ ਸੀ ਸੰਗਤ ਨੂੰ, ਬਈ ਜਦ ਅਸੀਂ ਸਰੀਰ ਛੱਡ ਦਿਆਂਗੇ, ਕਿਸੇ ਨੇ ਰੋਣਾ ਨਹੀਂ ਹੈ, ਰੋਣਾ ਨਹੀਂ ਕਹਿੰਦੇ ਕਿਸੇ, ਘਰ ਆਪਣੀ ਮੌਜ ਦੇ ਵਿੱਚ ਬਰਬਰੁੰਦਰ ਨੂੰ ਭੰਨ ਕੇ ਨਿਕਲ ਗਏ। ਇੱਕ ਸਿੱਖ ਨੇ ਕੂਕ ਮਾਰੀ, ਕੂਕ ਮਾਰਨ ਤੋਂ ਸਰੀਰ ਦੇ ਵਿੱਚ ਫੇਰ ਆ ਗਏ, ਹੈ ਨਾ ਗੁਰੂ ਖਾਏ ਜਾਏ ਨਿਸੰਗ। ਆਪਾਂ ਨੂੰ ਤਾਂ ਇਉਂ ਨਹੀਂ ਪਤਾ ਕਿੱਧਰ ਨੂੰ ਜਾਣਾ ਆਪਾਂ ਨੇ। ਕਹਿਣ ਲੱਗੇ, ਭਾਈ ਤੁਹਾਨੂੰ ਕਿਹਾ ਸੀ ਤੁਸੀਂ ਰੋਇਓ ਨਾ। ਉਹ ਕਹਿੰਦਾ, ਮਹਾਰਾਜ ਜੀ, ਮੈਂ ਤਾਂ ਰੋਇਆ ਸੀ ਬਈ ਕੋਈ ਜਥੇਦਾਰ ਬਣਾ ਜਾਂਦੇ। ਕਹਿੰਦੇ, ਤਾਂ ਝਗੜਿਆਂ ਦਾ ਘਰ ਹੈ ਜਥੇਦਾਰੀਆਂ ਤਾਂ।
ਜਿਹੜੀ ਗੱਲ ਤੁਸੀਂ ਚਾਹੁੰਦੇ ਹੋ ਤਾਂ ਆਪੇ ਹੀ ਪ੍ਰਗਟ ਹੋ ਜਾਣੀ ਹੈ, ਕਹਿਆ ਨਹੀਂ ਕੁਛ ਹੁੰਦਾ ਹੁੰਦਾ। ਉਹ ਇਸ ਤਰ੍ਹਾਂ ਦੇ ਨਾਲ ਕਹਿੰਦੇ ਹੁਣ ਨਾ ਕੋਈ ਆਵਾਜ਼ ਮਾਰਿਓ, ਬਸ ਨੇਤਰ ਮੀਟੇ ਨਹੀਂ ਯਾਰ, ਸਰੀਰ 'ਚੋਂ ਨਿਕਲੇ ਨਹੀਂ ਗੁਰੂ। ਆਹੋ ਇਸ ਤਰ੍ਹਾਂ ਨੇੜ ਭਾਈ ਦਿਆ ਸਿੰਘ ਨੂੰ ਫਿਰ ਉਹ ਜਿਹੜਾ ਮਾਛੀਵਾੜੇ ਦੇ ਜੰਗਲ ਦੇ ਵਿੱਚ ਸ਼ਬਦ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ, ਕਹਿੰਦੇ ਸਾਡਾ ਹਾਲ ਜਿਹੜਾ ਸਾਡਾ ਮਿੱਤਰ ਆ ਨਾ ਨਿਰਾਕਾਰ ਵਾਹਿਗੁਰੂ, ਤਾਂ ਉਸੇ ਦੇ ਦੇਹ ਦੇ ਵਿੱਚ ਜਾਣਾ। ਸਾਡਾ ਵੀ ਕਹਿ ਦੀ ਵੀ ਜੋ ਤੁਹਾਡਾ ਹੁਕਮ ਹੈ ਉਸੇ ਤਰ੍ਹਾਂ ਹੀ ਮੰਨਾਂਗੇ, ਹੁਕਮ ਤੋਂ ਇੱਕ ਪੈਰ ਨਹੀਂ ਇੱਧਰ ਕਰਾਂਗੇ। ਉਹ ਇਸ ਤਰ੍ਹਾਂ ਦੇ ਨਾਲ ਦੱਸਿਆ ਫਿਰ ਉਹ ਸ਼ਬਦ ਮਾਛੀਵਾੜੇ ਦੇ ਜੰਗਲ 'ਚ ਉਚਾਰਨ ਕਰਿਆ ਸੀ। ਸਾਡਾ ਸੰਦੇਸ਼ ਦੇ ਦੀਆਂ ਅਕਾਲ ਪੁਰਖ ਨੂੰ, ਉਸੇ ਕੁਸ਼ਾ ਦੇ ਆਸਣ 'ਤੇ ਲੇਟ ਕੇ ਚਾਦਰ ਨਾਲ ਸਰੀਰ ਟੱਕ ਕੇ ਇਉਂ ਨਿਕਲ ਗਏ ਸਰੀਰ ਦੇ ਵਿੱਚੋਂ ਜਿਵੇਂ ਮੱਖਣੀ 'ਚੋਂ ਵਾਲ ਖਿੱਚ ਲਈਦਾ, ਜਾਂ ਹਾਥੀ ਜਿਹੜਾ ਫੁੱਲਾਂ ਦੀ ਮਾਲਾ ਲਾਉਣ ਲੱਗਿਆ, ਕੋਈ ਤਕਲੀਫ ਨਹੀਂ। ਇਹ ਵਰਮ ਗਿਆਨੀ ਮਹਾਂਪੁਰਸ਼ਾਂ ਦੇ ਵਿੱਚ ਤਾਕਤ ਹੁੰਦੀ ਹੈ। ਮੌਤ ਦੀ ਇਹ ਹੱਦ ਤੋਂ ਪਰੇ ਹੋਏ ਹੁੰਦੇ ਨੇ, ਮੌਤ ਪਿੱਛੇ ਰਹਿ ਜਾਂਦੀ। ਮੌਤ ਤਾਂ ਤਿੰਨਾਂ ਗੁਣਾਂ ਦੇ ਵਿੱਚ ਹੈ, ਆਪਾਂ ਮੌਤ ਦੇ ਚੱਕਰ 'ਚੋਂ ਹਾਂ। ਉਹ ਤਾਂ ਚੌਥੇ ਪਦ 'ਚ ਚਲੇ ਜਾਂਦੇ ਨੇ, ਨਿਰਾਕਾਰ ਤੁਰੀ ਹੈ ਜਿਹੜਾ, ਉੱਥੇ ਮੌਤ ਦੀ ਪਹੁੰਚ ਹੀ ਨਹੀਂ ਹੈ, ਕੀ ਕਰੂਗੀ ਮੌਤ। ਆਓ ਇਸ ਤਰ੍ਹਾਂ ਦੇ ਨਾਲ ਅੱਗੇ ਆ ਜਾਓ ਹੁਣ। ਫਿਰ ਭਾਈ ਸੋਭਾ ਸਿੰਘ ਜੀ ਹੋਏ ਨੇ ਅਨੰਦਪੁਰ ਸਾਹਿਬ ਵਾਲੇ, ਸੋਢੀ ਸਨ, ਇਤਨੇ ਸ਼ਕਤੀਸ਼ਾਲੀ ਸਨ ਗੁਰੂ। 35 ਮਣ ਨੂਣ ਪੈਂਦਾ ਸੀ ਲੰਗਰ ਦੇ ਵਿੱਚ ਹੋਲੇ ਵਾਲੇ ਦਿਨਾਂ ਦੇ ਵਿੱਚ। ਉੱਥੋਂ ਜਿਹੜੀ ਵਸਤੂ ਸੀ, ਬਾਬਾ ਸਾਹਿਬ ਸਿੰਘ ਜੀ ਬੇਦੀ ਉਹਨੇ ਸਾਹਿਬ ਵਾਲੇ ਉਹਨਾਂ ਦੇ ਕੋਲ ਚਲੀ ਗਈ। ਉਹ ਉਸ ਟਾਈਮ ਦੇ ਵਿੱਚ ਐਸਾ ਹੀ ਟਾਈਮ ਸੀ, ਉਹ ਫੌਜ ਵੀ ਰੱਖਦੇ ਹੁੰਦੇ ਸਨ। ਆ ਸਿੱਖਾਂ ਦੇ ਰਗੜੇ ਝਗੜੇ ਜੇ ਪੈ ਗਏ ਸੀ ਗੁਰਮੁਖ, ਜਿਵੇਂ ਆਪ ਵੀ ਪਏ ਹੋਏ ਨੇ।
ਔਰ ਇਸ ਤਰ੍ਹਾਂ ਦੇ ਨਾਲ ਉਹ ਫੌਜ ਵੀ ਰੱਖਦੇ ਹੁੰਦੇ ਸਨ। ਇਸ ਤਰ੍ਹਾਂ ਦੇ ਨਾਲ ਉਹਨਾਂ ਤੋਂ ਬਾਅਦ ਫਿਰ ਭਾਗ ਸਿੰਘ ਜੀ ਕੁਰੀ ਵਾਲੇ ਹੋਏ ਨੇ ਮਹਾਤਮਾ ਪੋਠੋਵਾਰ ਦੇ ਵਿੱਚ, ਉਹ ਵੀ ਬਹੁਤ ਸ਼ਕਤਸ਼ਾਲੀ ਸਨ। ਉਹ ਵੀ ਆਪਣੀ ਮੌਜ ਨਾਲ ਜਾਂਦੇ ਸਨ, ਜਦ ਉਹਨਾਂ ਦੀ ਮੌਜ ਹੁੰਦੀ ਹੈ ਜਾਣ ਦੀ। ਫਿਰ ਬਰਕਤ ਰਾਮ ਸਿੰਘ ਜੀ ਹੋਏ ਨੇ ਨਾ ਬਾਬੇ ਹੋਏ ਨੇ ਵੀਰ ਸਿੰਘ ਨਰੰਗਾਬਾਦ ਵਾਲੇ, ਉਹ ਵੀ ਫੌਜ ਰੱਖਦੇ ਸਨ। ਉਹ ਰਗੜਾ ਝਗੜਾ ਜਾ ਰਹਿੰਦਾ ਸੀਗਾ ਤਾਂ ਫਿਰ ਸਰਦਾਰਾਂ ਦੀ ਲੜਾਈ ਹੋ ਪਈ ਆਪਸ ਵਿੱਚ ਹੀ, ਜਿਵੇਂ ਘਰ ਦੇ ਵਿੱਚ ਆਪਾਂ ਭਾਈ ਭਾਈ ਲੜ ਪਈਏ। ਹੁਣ ਬਾਬਾ ਵੀਰ ਸਿੰਘ ਮਹਾਰਾਜ ਜੀ ਕਰ ਸਕਦੇ ਨੇ, ਉਹਨਾਂ ਦੇ ਵਿੱਚ ਤਾਕਤ। ਖੈਰ ਫੌਜ ਉਹਦੇ ਕੋਲ ਵੀ ਸੀ ਥੋੜ੍ਹੀ ਬਹੁਤੀ। ਖੈਰ ਉੱਥੇ ਆ ਗਿਆ, ਨਮਸਕਾਰ ਕਰੀ, ਸਾਰੀ ਹਾਲਤ ਦੱਸੀ। ਬਾਬਾ ਵੀਰ ਸਿੰਘ ਮਹਾਰਾਜ ਕਹਿੰਦੇ, ਚੰਗਾ ਤੂੰ ਸਾਡੀ ਸ਼ਰਨ ਆ ਗਿਆ, ਜਿੰਨਾ ਚਿਰ ਸਾਡਾ ਸਰੀਰ ਆ ਅਸੀਂ ਤੈਨੂੰ ਦਿੰਦੇ ਨਹੀਂ ਹਾਂ। ਦੱਸਿਆ ਨਾ ਡਰਦੇ ਨੇ ਨਾ ਡਰਾਉਂਦੇ ਨੇ ਕਿਸੇ ਨੂੰ। ਉਹ ਇਸ ਤਰ੍ਹਾਂ ਦੇ ਨਾਲ ਸਿੱਖਾਂ ਦੀਆਂ ਫੌਜਾਂ ਆ ਲੱਗੀਆਂ ਉੱਥੇ। ਬਾਬਾ ਵੀਰ ਸਿੰਘ ਮਹਾਰਾਜ ਕਹਿਣ ਲੱਗੇ, ਜਿਹੜੇ ਲਾਂਗਰੀ ਸਿੰਘ ਜੀ ਗੁਰਮੁਖ ਹੋਏ ਓਂ ਕਰੋ, ਗੁਰਸਿੱਖ ਭਾਈ ਆਉਂਦੇ ਨੇ ਆਪਣੇ ਵਿਚਾਰੇ ਭੁੱਖੇ ਨੇ, ਲੰਗਰ ਤਿਆਰ ਕਰੋ, ਪ੍ਰਸ਼ਾਦਾ ਛਕਣਗੇ ਆ ਕੇ ਉਹ। ਖੈਰ ਉਹਨਾਂ ਨੇ ਤੋਪਾਂ ਮੀੜਤੀਆਂ, ਸੁਨੇਹਾ ਘੱਲਿਆ ਬਾਬਾ ਵੀਰ ਸਿੰਘ ਮਹਾਰਾਜ ਜੀ ਨੂੰ ਵੀ, ਇਹ ਸਾਡਾ ਦੁਸ਼ਮਣ ਹੈ, ਸਾਨੂੰ ਦੇ ਦਿਓ। ਬਾਬਾ ਵੀਰ ਸਿੰਘ ਮਹਾਰਾਜ ਕਹਿੰਦੇ ਵੀ ਇਹ ਤਾਂ ਸਾਡੀ ਹੁਣ ਸ਼ਰਨ ਆ ਗਿਆ, ਸ਼ਰਨ ਆ ਗਿਆ, ਪੜੋ ਪ੍ਰੇਮ ਦੇ ਨਾਲ। ਇਹ ਤਾਂ ਸਾਡੀ ਸ਼ਰਨ ਆ ਗਿਆ ਹੁਣ, ਨਾ ਤਾਂ ਅਸੀਂ ਉਹਨਾਂ ਕੋਲੋਂ ਡਰਦੇ ਹਾਂ, ਨਾ ਅਸੀਂ ਭਾਈਆਂ ਨਾਲ ਲੜਨਾ, ਨਾ ਅਸੀਂ ਇਸ ਨੂੰ ਦੇਣਾ ਹੁਣ। ਅਤੇ ਫਿਰ ਉੱਧਰੋਂ ਸੁਨੇਹਾ ਆਇਆ ਵੀ ਅਸੀਂ ਤੋਪਾਂ ਵੀੜਤੀਆਂ, ਹੁਣ ਤਾਂ ਜੇ ਨਹੀਂ ਦਊਂਗੇ ਤੋਪਾਂ ਦੇ ਫੈਰ ਸ਼ੁਰੂ ਹੋ ਜਾਣਗੇ,
ਬਾਬਾ ਵੀਰ ਸਿੰਘ ਮਹਾਰਾਜ ਜੀ ਕਹਿਣਗੇ ਸਾਨੂੰ ਤੋਪਾਂ ਮਨਜ਼ੂਰ ਨੇ ਤੁਹਾਡੀਆਂ, ਪਰ ਅਸੀਂ ਇਸ ਨੂੰ ਨਹੀਂ ਦੇਵਾਂਗੇ ਹੁਣ ਤੁਹਾਨੂੰ। ਚੌਂਕੀ 'ਤੇ ਬੈਠੇ ਸਨ, ਚੌਂਕੜਾ ਮਾਰੀ ਅਤੇ ਉਹ ਵੀ ਸਰਦਾਰ, ਹੋਰ ਸੰਗਤ ਬੈਠੀ ਹੈ, ਫੌਜ ਵੀ ਸੀ ਬਾਬਾ ਵੀਰ ਸਿੰਘ ਮਹਾਰਾਜ ਕੋਲ। ਕਿਹਾ ਬਈ ਮਹਾਰਾਜ ਜੀ ਆਪਾਂ ਮੁਕਾਬਲਾ ਕਰੀਏ। ਕਹਿੰਦੇ ਨਹੀਂ, ਭਾਈ ਦਾ ਮੁਕਾਬਲਾ ਨਹੀਂ ਕਰਨਾ। ਹਾਂ, ਜੇ ਕਿਸੇ ਨੂੰ, ਗਰੀਬ ਨੂੰ, ਗਊ ਨੂੰ ਕੋਈ ਤੰਗ ਕਰਦਾ, ਉੱਥੇ ਤਾਂ ਆਪਾਂ ਵਰਤ ਸਕਦੇ ਹਾਂ ਇਹ ਗੱਲ, ਭਾਈਆਂ ਨਾਲ ਨਹੀਂ ਵਰਤਣੀ ਹੈ। ਬਸ ਸੁਣੋ ਸਾਡਾ ਬਚਨ ਹੁਣ। ਜਿਹਨੇ ਤਾਂ ਜਾਣਾ ਸੱਚਖੰਡ ਨੂੰ, ਉਹ ਤਾਂ ਬੈਠ ਜਾਓ ਇੱਥੇ ਸਮਾਧੀ ਲਾ ਕੇ। ਜਿਹਨੇ ਅਜੇ ਦੁਨੀਆਂ ਦੇ ਸੁੱਖ ਦੇਖਣੇ ਨੇ ਜਾਂ ਮੌਤ ਤੋਂ ਡਰਨਾ ਨਾ, ਤਾਂ ਫਿਰ ਉਹ ਇੱਥੋਂ ਚਲੇ ਜਾ। ਤਾਂ ਹੀ ਦੱਸਿਆ ਨਾ ਮਹਾਂਪੁਰਸ਼ਾਂ ਨੇ, ਮੌਤ ਆ ਜਿਹੜੀ ਇਹ ਮੂੰਹ ਨਾਲ ਮੰਗੀ ਹੈ, ਪੜੋ ਫਿਰੇ ਨਾ, ਜਿਵੇਂ ਕਬੀਰ ਸਾਹਿਬ ਜੀ ਨੇ ਲਿਖਿਆ। ਸਾਡੇ
ਬਾਬਾ ਵੀਰ ਸਿੰਘ ਮਹਾਰਾਜ ਜੀ ਕਹਿਣ ਲੱਗੇ, ਗੁਰਮੁਖੋ ਜਿਹਨੇ ਤਾਂ ਜਾਣਾ ਅਕਾਲ ਪੁਰਖ ਦੇ ਦੇਸ਼ ਨੂੰ, ਉਹ ਤਾਂ ਬੈਠੇ ਰਹੋ ਇੱਥੇ। ਜਿਹਨੇ ਨਹੀਂ ਜਾਣਾ, ਡਰਦੇ ਹੋ ਮੌਤ ਕੋਲੋਂ, ਚਲੇ ਜਾਓ। ਇਹ ਗੱਲ ਆਪਣੇ ਬੜੇ ਮਹਾਰਾਜ ਨੇ ਵੀ ਡੇਲੋ ਦੀਵਾਨ ਲੱਗਦੇ ਸਨ। ਪਾਕਿਸਤਾਨ ਦੇ ਨਾਲ ਜੰਗ ਲੱਗਿਆ ਹੋਇਆ ਸੀ, ਜਹਾਜ਼ ਤਾਂ ਆਪਣੇ ਹੀ ਫਿਰਦੇ ਸੀ, ਇੱਧਰ ਲਈ ਭੱਜੇ। ਕੋਈ ਕਹਿੰਦਾ ਪਾਕਿਸਤਾਨ ਦਾ ਜਹਾਜ਼ ਆ ਗਿਆ, ਕਈ ਤਾਂ ਜਦੇ ਹੀ ਪਾਣੀ ਮੰਗਣ ਲੱਗ ਗਏ। ਸੁਣ ਕੇ ਹੀ ਲਿਖਿਆ ਕਨੀ ਕਿੱਧਰ ਦੀ ਸੀ। ਹੋ ਇਸ ਤਰ੍ਹਾਂ ਦੇ ਨਾਲ ਕਹਿੰਦੇ ਮਹਾਰਾਜ ਜੀ ਦੀਵਾਨ ਬੰਦ ਕਰ ਦਿਓ। ਮਹਾਰਾਜ ਕਹਿੰਦੇ ਗੁਰਮੁਖੋ ਬੈਠੇ ਰਹੋ, ਸੱਚਖੰਡ ਨੂੰ ਚੱਲਾਂਗੇ ਸਾਰੇ, ਸੱਚਖੰਡ ਨੂੰ ਡਰੋ ਨਾ। ਕਹਿੰਦੇ ਹੋਏ ਮਹਾਂਪੁਰਸ਼ਾਂ ਦੇ ਵਿੱਚ ਤਾਕਤ ਹੁੰਦੀ ਹੈ ਨਾ, ਜੇ ਊਂ ਸ਼੍ਰੀ ਛੱਡਣਗੇ ਤਦ ਵੀ ਸੱਚਖੰਡ ਨੂੰ ਇਹ ਜਾਣਾ ਹੈ, ਜੇ ਤੋਪਾਂ ਨਾਲ ਉੱਡਜੇਗਾ ਤਾਂ ਵੀ ਸੱਚਖੰਡ ਨੂੰ ਇਹ ਜਾਣਾ ਹੈ। ਆਓ ਕਹਿੰਦੇ ਬੈਠੇ ਰਹੋ ਸ਼ਾਂਤੀ ਸੇ। ਫਿਰ ਉਹਨਾਂ ਨੇ ਤੋਪ ਦਾ ਗੋਲਾ ਦਾਗਿਆ ਗੁਰਮੁਖੋ, ਪਲੀਤਾ ਲਾ ਕੇ। ਮਹਾਰਾਜ ਜੀ ਕੁਰਸੀ 'ਤੇ ਬੈਠੇ ਸਨ, ਸਮਾਧੀ ਲਾਈ, ਉਹ ਤੋਪ ਦਾ ਗੋਲਾ ਪਿਛਲੇ ਪਾਸੇ ਅਰਦਰੀ ਖੜਾ ਸੀ, ਉਹਨੂੰ ਲੈ ਗਿਆ ਡਾ ਕੇ। ਆਓ ਦੂਆ ਗੋਲਾ ਛੱਡਿਆ, ਮਹਾਰਾਜ ਜੀ ਦਾ ਗੋਡਾ ਉਡਾ ਤਾ, ਉਹ ਗੋਲਾ ਮਾਰਿਆ ਦੂਆ, ਸਾਰਾ ਸਰੀਰ ਤੋਪਾਂ ਦੇ ਗੋਲਿਆਂ ਨਾਲ ਉਡਾ ਤਾ ਗੁਰਮੁਖ, ਪਰ ਉਸ ਨੂੰ ਦਿੱਤਾ ਨਹੀਂ ਹੈ। ਆਓ ਇਸ ਤਰ੍ਹਾਂ ਦੇ ਨਾਲ ਫਿਰ ਸਰੀਰ ਕੁਰਬਾਨ ਕਰ ਦਿੱਤਾ ਗੁਰਮੁਖ। ਉਹ ਫਿਰ ਆਏ, ਉਹ ਜਿਹੜਾ ਲੰਗਰ ਪਕਾ ਕੇ ਰੱਖਿਆ ਸੀ ਨਾ, ਫਿਰ ਉਹ ਭੁੱਖਿਆਂ ਨੇ ਉਹ ਲੰਗਰ ਛਕਿਆ ਗੁਰਮੁਖ। ਆਓ ਇਹਨਾਂ ਦੇ ਦੋ ਸੇਵਕ ਹੋਏ ਨੇ, ਇੱਕ ਤਾਂ ਬਾਬਾ ਮਹਾਰਾਜ ਸਿੰਘ ਜੀ ਸਨ, ਇੱਕ ਬਾਬਾ ਖੁਦਾ ਸਿੰਘ ਮਹਾਰਾਜ ਜੀ ਹੋਏ ਨੇ। ਨਾਂ ਤਾਂ ਉਹਨਾਂ ਦਾ ਜਸਵੰਤ ਸਿੰਘ ਸੀ ਪਹਿਲਾਂ। ਬਾਬਾ ਮਹਾਰਾਜ ਜੀ ਇਤਨੇ ਸ਼ਕਤੀਸ਼ਾਲੀ ਸਨ, ਸ਼ਕਤੀ ਤਾਂ ਸੇਵਾ ਕਰਨ ਵਾਲੇ ਦੇ ਵਿੱਚ ਆਏ ਜਾਂਦੀ ਹੁੰਦੀ ਆ ਗੁਰਮੁਖ, ਚਾਹੇ ਉਸਨੂੰ ਪਤਾ ਹੀ ਨਾ ਹੋਵੇ, ਸ਼ਕਤੀ ਜ਼ਰੂਰ ਹੋਵੇਗੀ। ਦੱਸਦੇ ਨੇ ਲੰਗਰ ਦੇ ਵਿੱਚ ਸੇਵਾ ਕਰਦੇ ਹੁੰਦੇ ਸਨ, ਲੰਗਰ 'ਚ ਤਾਂ ਦਾਲ ਥੱਲੇ ਲੱਗ ਗਈ, ਸਮੈਲ ਆਉਣ ਲੱਗ ਗਈ। ਤਾਂ ਜਦ ਇਤਨੇ ਸਾਧਨ ਨਹੀਂ ਸਨ, ਅੱਜ ਕੱਲ੍ਹ ਤਾਂ ਇੱਕ ਪਤੀਲੇ ਕੋਲ ਤਿੰਨ ਤਿੰਨ ਕੜਛੀਆਂ ਪਈਆਂ ਨੇ, ਨਹੀਂ ਕੋਈ ਹੁੰਦੀ ਜਿਵੇਂ ਆਪਣੇ ਘਰਾਂ ਦੇ ਵਿੱਚ ਇੱਕੋ ਹੀ ਦੀਵਾ ਹੁੰਦਾ ਸੀ, ਕਦੇ ਤਾਂ ਕੱਖ ਪਾਉਣ ਨੂੰ ਉਹੀ ਦੀਵਾ, ਕਦੇ ਚੁੱਲ੍ਹੇ 'ਚ ਉਹੀ ਦੀਵਾ, ਜਾਂ ਰੋਟੀ ਖਾਣੀ ਫਿਰ ਵੀ ਉਹੀ ਦੀਵਾ। ਅੱਜ ਕੱਲ੍ਹ ਤਾਂ ਮਾਰ ਕੇ ਬਲਵੇ ਇਤਨੇ ਤਰ੍ਹਾਂ ਦੇ ਲੱਗੇ ਹੋਏ ਨੇ, ਨੌਮ ਨਹੀਂ ਆਉਂਦਾ ਹੈ। ਆਹ ਇਸ ਤਰ੍ਹਾਂ ਦੇ ਨਾਲ ਜੈਸਾ ਸਮਾਂ ਵੈਸਾ ਹੀ ਸਾਧਨ ਹੁੰਦਾ। ਖੈਰ ਨੱਠ ਭੱਜ ਕਰੀ, ਕੜਛੀ ਨਾ ਲੱਭੀ, ਕੀ ਕਰਿਆ, ਬਾਂਹ ਫੇਰਤੀ ਦਾਲ ਦੇ ਵਿੱਚ, ਬਾਂਹ ਗੁਰਮੁਖੋ ਬਾਂਹ ਫੇਰਤੀ। ਖੈਰ ਬਾਬਾ ਵੀਰ ਸਿੰਘ ਮਹਾਰਾਜ ਜੀ ਨੂੰ ਦੱਸਿਆ ਕਿਸੇ ਨੇ ਵੀ ਮਹਾਰਾਜ ਜੀ ਨੇ ਬਾਂਹ ਫੇਰਤੀ, ਕਹਿੰਦੇ ਲਿਆਓ ਰੇ ਸਦਕੇ। ਆ ਗਏ, ਨਮਸਕਾਰ ਕਰੀ, ਕਹਿੰਦੇ ਪੁਰਖਾ ਸ਼ਕਤੀਆਂ ਦਿਖਾਲਦਾ, ਅਤੇ ਜਿਹੜਾ ਗੁਰੂ ਘਰ ਆ ਇਹ ਸੰਪਰਤਾ ਜਿਹੜੀ, ਇਹ ਤਾਂ ਕਲਗੀ ਧਰਮ ਮਹਾਰਾਜ 'ਤੇ ਚੱਲੀ ਹੈ, ਇਹ ਤਾਂ ਜਿਹੜੀ ਤਾਕਤ ਆ ਉਸਨੂੰ ਜਜ਼ਬ ਕਰਕੇ ਰੱਖਣਾ, ਤਾਂ ਤਾਕਤ ਕਿਉਂ ਦਿਖਾਲੀ ਹੈ। ਕਹਿੰਦਾ ਮਹਾਰਾਜ ਜੀ ਮੇਰੀ ਬੇਨਤੀ ਸੁਣ ਲਓ, ਜਿਵੇਂ ਲੋਈ ਨੂੰ ਵੀ ਕਬੀਰ ਸਾਹਿਬ ਜੀ ਗੁੱਸੇ ਹੋ ਗਏ ਸੀ ਨਾ, ਵੀ ਤਿੰਨ ਗਿੱਲ ਰਾਮ ਤੈਂ ਕਿਉਂ ਕਹਾਇਆ, ਇੰਨਾ ਸਸਤਾ ਲਾਤਾ ਤੈਂ, ਉਹ ਜੇ ਇੱਕ ਗਿੱਲ ਰਾਮ ਕਹਿ ਦੀਏ ਸਾਰੀ ਦੁਨੀਆ ਦਾ ਕੋਟ ਚੱਕ ਦਾਂਗੇ, ਇਤਨੀ ਤਾਕਤ ਆ ਨਾਮ ਦੇ ਵਿੱਚ, ਪੜ੍ਹੋ ਪ੍ਰੇਮ ਨਾਲ। 18 ਨਰਕ ਖਾਲੀ ਨਹੀਂ ਸੀ ਕਰੇ ਰਾਜੇ ਜਨਕ ਨੇ, ਉਹ ਵੀ ਬ੍ਰਹਮ ਗਿਆਨੀਆਂ ਸੀ ਨਾ। ਲੋਈਏ ਰਾਮ ਪਿਆਰੀਏ,
ਬਾਬਾ ਵੀਰ ਸਿੰਘ ਮਹਾਰਾਜ ਜੀ ਕਹਿਣ ਲੱਗੇ ਵੀ ਗੁਰਮੁਖਾ ਗੁਰੂ ਘਰ ਦੇ ਵਿੱਚ ਤਾਂ ਇਹ ਨਜਾਇਜ਼ ਹੈ ਸ਼ਕਤੀ ਦਿਖਾਲਣੀ, ਇਹ ਵਸਤੂ ਨੂੰ ਤਾਂ ਜਜ਼ਬ ਕਰਕੇ ਰੱਖਣਾ ਹੈ। ਜਿਹਦੀ ਯਾਦ ਦੇ ਵਿੱਚ ਬੈਠਿਆ ਇਤਨੀ ਜਜ਼ਬ ਕਰੀ ਹੋਈ ਤੀ ਗੁਰਮੁਖੋ, ਸਧਾਰਨ ਜੀਵੀਦਾਰਾਂ ਮੰਗਣ ਰਹਿੰਦੇ ਤੀ, ਸਧਾਰਨ ਜੀਵੀਦਾਰਾਂ ਮੰਗਣ, ਜਿਹੜੀ ਅੰਦਰ ਤਾਕਤ ਸੀ ਨਾ ਉਸ ਨੂੰ ਉਹੀ ਜਾਣਦੇ ਸਨ ਵੀ ਕਿਤਨੀ ਤਾਕਤ ਹੈ। ਇਹ ਉਹਿਆ ਜਾਂ ਕੋਈ ਹੋਵੇ ਬ੍ਰਹਮ ਗਿਆਨੀ ਉਹ ਜਾਣਦਾ ਸੀ ਗੁਰਮੁਖ। ਆਮ ਜਿਹੜੇ ਲੋਕ ਹੁੰਦੇ ਸਨ ਜੀਵੀਦਾਰ ਰੌਂਪੁਰ ਦੇ ਅਤੇ ਆਲੇ ਦੁਆਲੇ ਪਿੰਡਾਂ ਦੇ, ਅੱਗੇ ਰਿਵਾਜ਼ ਹੁੰਦਾ ਸੀ, ਅੱਜ ਕੱਲ੍ਹ ਤਾਂ ਹੋਰ ਆ ਗਿਆ ਨਾ ਜਵਾਨਾਂ, ਤਾਂ ਫਿਰ ਜਾਂ ਕਣਕਾਂ ਬੀਜਣੀਆਂ ਹੁੰਦੀਆਂ ਤੀ, ਵਾਹ ਵਾਹ ਕੇ ਸੁਆਗੇ ਦੇ ਕੇ, ਫਿਰ ਜਦ ਦੁਪਹਿਰਾ ਹੋ ਜਾਣਾ ਕਿਸੇ ਦਰੱਖਤ ਦੇ ਹੇਠਾਂ ਸਾਰਿਆਂ ਹਾਲੀਆਂ ਨੇ ਇਕੱਠੇ ਹੋ ਜਾਣਾ, ਉੱਥੇ ਬੈਠ ਕੇ ਗੱਲਾਂ ਬਾਤਾਂ ਕਰਨੀਆਂ, ਨਾਲੇ ਪਸ਼ੂਆਂ ਨੂੰ ਚਰੀ ਚਾਰ ਲੈਣੀ। ਬਗੀਚੀ ਦੇ ਵਿੱਚ ਇਕੱਠੇ ਹੋ ਜਾਂਦੇ ਸਨ ਪ੍ਰੇਮੀ ਲਵੇ ਲਾਉਣੇ, ਜਿਹੜੇ ਹਲ ਚਲਾਉਂਦੇ ਤੀ ਰੌਂਪੁਰ ਦੇ ਵੀ ਅਤੇ ਇਸ ਤਰ੍ਹਾਂ ਦੇ ਆਲੇ ਦੁਆਲੇ ਪਿੰਡਾਂ ਦੇ ਵੀ, ਤਾਂ ਫਿਰ ਗੱਲਾਂ ਬਾਤਾਂ ਇਉਂ ਕਰਦੇ ਹੁੰਦੇ ਸੀ ਜਿਵੇਂ ਜਿਮੀਦਾਰ ਕਰਦੇ ਹੁੰਦੇ ਨੇ, ਜਿਵੇਂ ਆਪਣੇ ਛੋਟੇ ਮਹਾਰਾਜ ਨੇ। ਜਦ ਕੋਈ ਪਿੰਡਾਂ ਦੇ ਜਿਮੀਦਾਰ ਆਉਂਦੇ ਨਾ, ਜਿਮੀਦਾਰਾਂ ਵਾਲੀਆਂ ਗੱਲਾਂ ਕਰਦੇ ਨੇ, ਤਾਂ ਵੀ ਕਣਕ ਕਿੰਨੀ ਬੀਜੀ ਹੈ ਐਤਕੀ, ਤੇਰਾ ਇੱਖ ਕਿੰਨਾ ਹੈ, ਉਹ ਇਸ ਤਰ੍ਹਾਂ ਦੇ ਨਾਲ ਬਚਨ ਬਲਾਸ ਦੇ ਬਰੰਗ ਨੇ ਜਿਹੜੀ ਉਹਨਾਂ ਦੀ ਅੰਦਰੀ ਵਿਵਸਥਾ ਨਾ, ਉਹ ਤਾਂ ਉਹੀ ਜਾਣਦੇ ਨੇ, ਉਹ ਜਿਮੀਦਾਰ ਨਹੀਂ ਜਾਣ ਸਕਦੇ। ਇਸੇ ਤਰ੍ਹਾਂ ਹੀ ਵੀ ਸਾਡੇ ਵਰਗਾ ਜਿਮੀਦਾਰ ਹੈ, ਲੋਪੋਂ ਤੋਂ ਆ ਗਿਆ, ਇੱਥੇ ਗੁਰਦੁਆਰਾ ਬਣਾ ਲਿਆ, ਖੇਤੀ ਕਰਦਾ ਅਤੇ ਆਪਣਾ ਸੇਵਾ ਕਰਦਾ, ਪਰ ਉਹਨਾਂ ਨੂੰ ਤਾਕਤ ਦਾ ਪਤਾ ਨਹੀਂ ਹੈ ਗੁਰਮੁਖ। ਆਹ ਇਸ ਤਰ੍ਹਾਂ ਦੇ ਨਾਲ ਇੱਕ ਬਾਬਾ ਖੁਦਾ ਸਿੰਘ ਮਹਾਰਾਜ ਜੀ ਹੋਇਆ। ਮਹਾਰਾਜ ਕਹਿੰਦੇ ਮਹਾਰਾਜ ਤਾਂ ਗੁਰੂ ਕੇ ਲੰਗਰ ਦੀ ਦਾਲ ਖਰਾਬ ਹੋ ਜਾਣੀ ਤੀ, ਤਾਂ ਬਾਂਹ ਫੇਰੀ ਹੈ, ਜੇ ਦਾਲ ਨਾ ਥੱਲੇ ਲੱਗਦੀ ਅਸੀਂ ਨਹੀਂ ਸੀ ਬਾਂਹ, ਜਾਂ ਕੜਸੀ ਲੱਭਥੇ ਆਉਂਦੀ ਫਿਰ ਵੀ ਅਸੀਂ ਬਾਂਹ ਨਹੀਂ ਸੀ ਫੇਰਦੇ। ਅਸੀਂ ਤਾਂ ਬਈ ਸੰਗਤਾਂ ਦੇ ਛਕਣੀ ਹੈ, ਲੰਗਰ ਦੀ ਦਾਲ ਹੈ, ਬੇਅਰਥ ਚਲੀ ਜਾਵੇਗੀ, ਚੁੱਪ ਕਰਕੇ ਆਉ। ਫਿਰ ਬਾਬਾ ਖੁਦਾ ਸਿੰਘ ਮਹਾਰਾਜ ਜੀ, ਪਹਿਲਾਂ ਨਾਮ ਤਾਂ ਉਹਨਾਂ ਦਾ ਜਸਵੰਤ ਸਿੰਘ ਸੀ, ਉਹ ਪਠਾਣੀ ਇਲਾਕੇ 'ਚ ਜਾ ਕੇ ਇਸ ਤਰ੍ਹਾਂ ਦੇ ਨਾਲ ਹੋਈ ਉਹਨਾਂ ਨੇ ਕ੍ਰਿਸ਼ਮਾ ਉੱਥੇ, ਤਾਂ ਫਿਰ ਉਹਨਾਂ ਦਾ ਨਾਮ ਖੁਦਾ ਸਿੰਘ ਪੈ ਗਿਆ। ਬਹੁਤ ਬੇਪਰਵਾਹ ਮਹਾਤਮਾ ਹੋਏ ਨੇ ਗੁਰਮੁਖ, ਜੋ ਗੁਰਬਾਣੀ ਦੇ ਵਿੱਚ ਲਿਖਿਆ ਨਾ ਉਹ ਐਨ ਪ੍ਰੈਕਟੀਕਲੀ ਸਹੀ ਕਰਕੇ ਦਿਖਾੜਿਆ। ਸੰਪਰ ਦੇ ਗੁਰਸਿੱਖ ਹੋਏ ਨੇ ਜਿਹੜੇ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਵਿਕ ਖਾਟੀ, ਤੈਸਾ ਰੰਕ ਤੈਸਾ ਰਾਜਾਨ, ਤੈਸਾ ਮਾਨ ਤੈਸਾ ਅਵਮਾਨ, ਜੋ ਵਰਤਾਏ ਸਾਈ ਜੁਗਤ, ਉਹ ਪੁਰਖ ਕਹੀਏ ਜੀਵਨ ਮੁਕਤ। ਆਓ ਇਸ ਤਰ੍ਹਾਂ ਦੇ ਨਾਲ ਵਿਉਹ ਹੈ ਜਿਹੜੀ, ਜਿਹੜਾ ਅੰਮ੍ਰਿਤ ਹੈ, ਕਹਿੰਦੇ ਬ੍ਰਹਮ ਗਿਆਨੀ ਦੀ ਨਿਗਾਹ ਦੇ ਵਿੱਚ ਇੱਕੋ ਜਿਹਾ। ਹੁਣ ਆਪਾਂ ਨੇ ਪੜ੍ਹਤਾ ਲਿਆ ਇੱਕੋ ਜਿਹਾ, ਜੇ ਕੋਈ ਆਪਾਂ ਨੂੰ ਪੜਾਵੇ ਫਿਰ ਹੋ ਜੂਗਾ ਇੱਕੋ ਜਿਹਾ, ਫਿਰ ਤਾਂ ਗਾਹਾਂ ਨੂੰ ਤੁਰਾਂਗੇ, ਕਿਉਂ ਵਾਸਤਾ ਨਹੀਂ ਨਾ ਹੈ ਆਪਣੀ। ਆਓ ਜਿਹੜੀ ਇਸ ਸੰਪਰਦਾ ਦੇ ਵਿੱਚ ਸਾਰੇ ਜਿੰਨੇ ਮਹਾਂਪੁਰਸ਼ ਹੁੰਦੇ ਆਏ ਨੇ, ਆਹ ਬੜੇ ਬੜੇ ਮਹਾਰਾਜ ਜੀ ਭੋਰੇ 'ਚ ਬੈਠੇ ਸਨ, ਗੱਲਾਂ ਬਾਤਾਂ ਚੱਲਣ ਲੱਗ ਗਈਆਂ, ਤਿੰਨ ਚਾਰ ਡਾਕਟਰ ਇਕੱਠੇ ਹੋ ਗਏ, ਕਹਿੰਦੇ ਇੱਕ ਵਿਉਹ ਨਿਕਲੀ ਆਉਂਦਾ ਕੋਈ ਟੈਸਟ ਨਹੀਂ ਦੱਸ ਸਕਿਆ ਬਈ ਕਹੀ ਜੀ ਹੈ। ਮਹਾਰਾਜ ਜੀ ਨੇ ਖਨੀ ਕਿੱਥੋਂ ਮੰਗਾ ਲਈ, ਹੱਥ 'ਤੇ ਰੱਖ ਲਈ ਰੀਠੇ ਜਿੰਨੀ, ਡਾਕਟਰ ਬੈਠੇ ਨੇ, ਪ੍ਰੀਤਮ ਸਿੰਘ ਬੈਠਾ, ਬ੍ਰਹਮਦੇਵ ਬੈਠਾ, ਇੱਕ ਉਹ ਮੰਡੀ ਦਾ ਉਹ ਬੈਠਾ ਹੋਰ, ਔਰ ਇੱਕ ਕੁੱਬਾ ਜਿਹਾ ਬੈਤੀ ਭੀਖੀ ਦਾ, ਇਹ ਸਾਰੇ ਬੈਠੇ ਨੇ। ਮਹਾਰਾਜ ਨੇ ਹੱਥ 'ਤੇ ਕੱਢ ਕੇ ਰੱਖ ਲਈ, ਕਹਿੰਦੇ ਇਹੀ ਆ ਵੀ ਉਹ ਵਿਉਹ। ਬ੍ਰਹਮਦੇਵ ਤਾਂ ਕੰਬਣ ਲੱਗ ਗਿਆ ਦੇਖ ਕੇ, ਗੁਰੂ ਕਿ ਪੰਡਿਤ ਹੈ ਨਾ, ਕਹਿੰਦਾ ਮਹਾਰਾਜ ਜੀ ਤੁਸੀਂ ਕਿੱਥੋਂ ਲੈ ਲਈ, ਕਹਿੰਦੇ ਲੈ ਦੇਖ ਤਾਂ ਉਹੀ ਆ ਹੂੰ ਇਹ। ਬ੍ਰਹਮਦੇਵ ਕਹਿੰਦਾ ਹੈ ਤਾਂ ਉਹੀ ਹੂੰ।
ਮਹਾਰਾਜ ਨੇ ਹੱਥ ਚ ਵਾਲੀ ਮੂੰਹ ਚ ਪਾ ਲਈ। ਆਹਾ ਹਾਹਾ ਕਰਨ ਲੱਗ ਗਿਆ ਬ੍ਰਹਮ ਦੇਵਤਾ। ਮਹਾਰਾਜ ਕਹਿੰਦੇ ਬਕ ਬਕੀ ਜਿਹੀ ਹੈ, ਦੇਖ ਲਓ ਇਤਨੀ ਤਾਕਤ ਹੁੰਦੀ ਹੈ। ਜਿਹੜਾ ਆਤਮਦਰਸ਼ੀ ਹੈ ਨਾ, ਆਤਮਾ ਨੂੰ ਵਿਓ ਨਹੀਂ ਚੜ੍ਹਦੀ ਹੈ, ਦੇਖ ਲਓ ਵਿਓ ਚੜ੍ਹਦੀ ਹੈ ਜਿਹੜਾ ਸਰੀਰ ਮੰਨਦਾ ਆਪਣੇ ਆਪ ਨੂੰ। ਇਵੇਂ ਖੁਦਾ ਸਿੰਘ ਮਹਾਰਾਜ ਜੀ ਨੇ ਵੀ ਫਿਰ ਵਿਓ ਪੀ ਕੇ ਦਿਖਾਲੀ ਸੀ। ਇਸ ਤਰ੍ਹਾਂ ਦੇ ਨਾਲ ਜੋ ਗੁਰਬਾਣੀ ਦਾ ਲਿਖਿਆ ਹੈ ਉਹ ਸੱਚ ਕਰਕੇ ਦਿਖਾੜਿਆ ਇਸ ਸੰਪਰਦਾਇ ਮੁਖੀਆਂ ਨੇ ਕਰੋ। ਅੱਗੇ ਆ ਜਾਓ, ਬਾਬਾ ਬਰਖਤ ਰਾਮ ਸਿੰਘ ਹੋਏ ਨੇ, ਬਹੁਤ ਸ਼ਕਤੀਸ਼ਾਲੀ ਸਨ। ਬਾਬਾ ਕਰਮ ਸਿੰਘ ਮਹਾਰਾਜ ਨੂੰ ਆਪਣੀ ਮੌਜ ਦੇ ਵਿੱਚ ਵਿਚਰਦੇ ਹੁੰਦੇ ਸਨ, ਕਿਤੇ ਫੌਜ 'ਚ ਮਿਲਾਪ ਹੋ ਗਿਆ। ਨਾਮ ਦਾ ਅਭਿਆਸ ਕਰਨਾ, ਜੁਗਤੀਆਂ ਉਗਤੀਆਂ, ਆਹ ਇਸ ਤਰ੍ਹਾਂ ਦੇ ਨਾਲ ਸੇਵਾ ਕਰੀ ਉੱਥੇ ਰੱਖ ਕੇ, ਤਾਂ ਫਿਰ ਇਤਨਾ ਅਭਿਆਸ ਕਰਿਆ ਗੁਰਮੁਖ, ਕਿਉਂ ਵਸਤੂ ਜਦ ਮਿਲਦੀ ਆ ਉਹ ਪਹਿਲਾਂ ਹੀ ਉਸੇ ਨੂੰ ਇਹ ਮਿਲਦੀ ਹੁੰਦੀ ਆ, ਤਾਂ ਫਿਰ ਇਤਨਾ ਸ਼ਕਤੀਸ਼ਾਲੀ ਹੋ ਗਏ। ਦੱਸਦੇ ਨੇ ਵੀ ਨਸ਼ਹਿਰਾ ਸਾਉਣੀ ਪੈਰੇ 'ਤੇ ਸਨ ਅਤੇ ਸਮਾਧੀ ਲਾਈ ਬੈਠੇ ਨੇ, ਸਾਰੀ ਰਾਤ ਲਾਉਂਦੇ ਸਨ ਸਮਾਧੀ। ਐਵੇਂ ਨਹੀਂ ਕਿਤੇ ਅਵਸਥਾ ਪ੍ਰਾਪਤ ਹੁੰਦੀ ਆ ਗੁਰਮੁਖ, ਸਰੀਰ ਗਲ ਜਾਂਦੇ ਨੇ ਸਰੀਰ। ਛੋਟੇ ਮਹਾਰਾਜ ਜੀ ਦੱਸਦੇ ਹੁੰਦੇ ਸੀ, ਜਦ ਬੜੇ ਮਹਾਰਾਜ ਜੀ ਰੇਰੂ ਸਾਹਿਬ ਆਏ ਨੇ ਨਾ ਪਟਿਆਲਿਓਂ, ਸਰੀਰ ਦੇ ਵਿੱਚ ਹੀ ਮੂੰਹ ਦੀਦਾ ਸੀ, ਕਹਿੰਦੇ ਇਹੋ ਜਿਹਾ ਸਰੀਰ ਸੀ ਬੜੇ ਸੰਤ ਮਹਾਰਾਜ ਜੀ ਦਾ। ਜਦ ਸੇਵਾ ਦੇ ਵਿੱਚ ਲੱਗ ਗਏ ਨਾ ਮਹਾਂਪੁਰਸ਼ਾਂ ਦੇ, ਸਰੀਰ ਇਹੋ ਜਿਹਾ ਹੋ ਗਿਆ ਜਿਵੇਂ ਸੁੱਕੀ ਹੋਈ ਲੱਕੜੀ ਹੁੰਦੀ ਹੈ। ਐਵੇਂ ਤਾਂ ਨਹੀਂ, ਐਵੇਂ ਨਹੀਂ ਵਸਤੂ ਮਿਲੇਗੀ ਗੁਰਮੁਖ, ਜਿੰਨੀ ਕੋਈ ਸੇਵਾ ਕਰਦਾ ਫਲ ਵਸ ਮਿਲੇਗਾ ਉਹਨਾਂ। ਉਹ ਦੱਸਦੇ ਨੇ ਕਹਿੰਦੇ ਗਿੱਟਿਆਂ ਦੇ ਵਿੱਚੋਂ ਲਹੂ ਲਿਕਣ ਲੱਗ ਗਿਆ ਸੀ, ਭਿੜਨ ਲੱਗ ਗਏ, ਕਹਿੰਦੇ ਅਸੀਂ ਲੀਰ ਬੰਨਿਆ ਕਰੀਏ, ਪਰ ਉਹਨਾਂ ਨੂੰ ਨਹੀਂ ਪਤਾ ਸੀਗਾ। ਕੰਨਾਂ ਦੇ ਵਿੱਚੋਂ ਮੈਲ ਡਿੱਗਿਆ ਕਰੇ ਰੇਸ਼ਾ। ਉਹ ਦੇਖੋ ਸੇਵਾ ਕਰਨੀ ਬੜੀ ਮੁਸ਼ਕਿਲ ਆ ਗੁਰੂ ਕੋ, ਪਰ ਸੇਵਾ ਦੇ ਵਿੱਚ ਤਾਕਤ ਬਹੁਤ ਹੈ। ਇਹ ਜੋੜੀ ਨੇ ਸੇਵਾ ਕਰੀ ਬ੍ਰਹਮ ਗਿਆਨੀ ਮਹਾਂਪੁਰਸ਼ਾਂ ਦੀ, ਉਹ ਸੇਵਾਦਾਰ ਭਜਨ ਦਾ ਹੁਕਮ ਮੰਨਣ ਦਾ ਉਹ ਫਲ ਦੇਖ ਲਓ ਫਿਰ ਇਹਨਾਂ ਨੂੰ ਮਿਲਿਆ ਹੋਇਆ ਹੁਣ। ਉਹ ਇਸ ਤਰ੍ਹਾਂ ਦੇ ਨਾਲ ਉਹ ਤਾਂ ਹੁਣ ਸਮਾਧੀ ਲਾਈ ਬੈਠੇ ਨੇ, ਪਰਮੇਸ਼ਰ ਨੇ ਆ ਕੇ ਮੋਢੇ 'ਤੇ ਰਫਲ ਲਾ ਕੇ ਪਹਿਰਾ ਦੇਣਾ ਸ਼ੁਰੂ ਕਰ ਦਿੱਤਾ। ਉਹ ਇਸ ਤਰ੍ਹਾਂ ਦੇ ਨਾਲ ਨੌਕਰੀ ਛੱਡ ਦਿੱਤੀ, ਕਲਪਾਣੀ ਨਦੀ ਦੇ ਕਿਨਾਰੇ ਜਾ ਕੇ ਗੁਫਾ ਪੱਟ ਕੇ ਉੱਥੇ ਫਿਰ ਸਾਧਨਾ ਕਰਨੀ ਸ਼ੁਰੂ ਕਰ ਦਿੱਤੀ। ਸਾਧਨਾ ਤਾਂ ਪਹਿਲਾਂ ਵੀ ਕਰਦੇ ਸਨ। ਉਹ ਇਸ ਤਰ੍ਹਾਂ ਦੇ ਨਾਲ ਬਹੁਤ ਨਾਮ ਦਾ ਅਭਿਆਸ ਕਰਦੇ ਰਹੇ, ਸਰੀਰ ਹੋ ਗਿਆ ਪੁਰਾਣਾ, ਹੋ ਜਾਂਦਾ ਸਰੀਰ ਦੇ ਤਾਂ ਖਾਟੂ ਰੁਮੀਆਂ ਸਾਹਿਤ ਹੈ, ਪਹਿਲਾਂ ਜਨਮ ਲੈਂਦਾ, ਫਿਰ ਬਚਪਨ ਆਉਂਦੀ ਹੈ, ਫਿਰ ਜਵਾਨੀ ਆਉਂਦੀ ਹੈ, ਫਿਰ ਬੁਢਾਪਾ ਆ ਜਾਂਦਾ, ਫਿਰ ਅੱਗੇ ਦੂਆ ਆ ਜਾਂਦਾ, ਮੌਤ ਕਹਿੰਦੇ ਨੇ ਜੀ। ਕਲਪਾਣੀ ਨਦੀ ਦੇ ਕਿਨਾਰੇ ਬੈਠੇ ਨੇ, ਐਤਵਾਰ ਨੂੰ ਬਹੁਤ ਫੌਜਾਂ ਵੀ ਆਉਂਦੀਆਂ ਹੁੰਦੀਆਂ ਸਨ, ਤਾਂ ਬੈਠਿਆਂ ਬੈਠਿਆਂ ਸੁਤੇ ਹੀ ਵਚਨ ਕਰ ਦਿੱਤਾ, ਕਹਿੰਦੇ ਵੀ ਪ੍ਰੇਮੀਓ ਇਹ ਸਰੀਰ ਦੇ 8 ਦਿਨ ਰਹਿੰਦੇ ਨੇ ਸਿਰਫ, ਅੱਜ ਤੋਂ 8ਵੇਂ ਨੂੰ ਇਸ ਚੋੜੇ ਦੀ ਅਸੀਂ ਬਦਲੀ ਕਰਨੀ ਹੈ, ਕਿ ਹੋ ਗਿਆ ਪੁਰਾਣਾ ਹੁਣ। ਪੁਰਾਣੇ ਲੀੜੇ ਨਾਲ ਸਿਆਣਾ ਆਦਮੀ ਮੋਹ ਨਹੀਂ ਕਰਦਾ, ਜਿਹਨੂੰ ਛਪਰੀ 'ਚੋਂ ਅੱਗੇ ਮਹਿਲ ਬਣਿਆ ਹੋਇਆ ਉਹ ਕਾਹਨੂੰ ਛਪਰੀ 'ਚ ਬੈਠੂਗਾ। ਉਹ ਇਸ ਤਰ੍ਹਾਂ ਦੇ ਨਾਲ ਸੰਗਤਾਂ ਦੇ ਵਿੱਚ ਸਨਾਟਾ ਛਾ ਗਿਆ, ਉਹਨਾਂ ਦਾ ਤਾਂ ਕੋਈ ਚਾਰਾ ਨਾ ਚੱਲਿਆ। ਅਤੇ ਫਿਰ ਬਾਬਾ ਲਾਲ ਸਿੰਘ ਮਹਾਰਾਜ ਜੀ ਦੀ ਲੰਗਰ ਦੀ ਡਿਊਟੀ ਸੀ ਉਹਨਾਂ ਦੀ, ਸਾਰੇ ਡੇਰੇ ਦੀ ਹੋਈ ਸੀ ਜਿਵੇਂ ਆਪਣੇ ਛੋਟੇ ਮਹਾਰਾਜ ਜੀ ਦੀ ਹੈ, ਪਹਿਲਾਂ ਵੀ ਸੀ ਅਬ ਵੀ ਹੈ। ਉਹ ਇਸ ਤਰ੍ਹਾਂ ਦੇ ਨਾਲ ਬੇਨਤੀ ਕਰੀ, ਨਾਲੇ ਰੋਂਦੇ ਨੇ ਸਾਰੇ ਜਿੰਨੇ ਫੌਜੀ ਵੀ, ਕਹਿੰਦੇ ਮਹਾਰਾਜ ਜੀ ਆਹ ਗੱਲ ਕਹਿਤੀ ਮਹਾਂਪੁਰਸ਼ਾਂ ਨੇ, ਕਹਿੰਦੇ ਚਲੋ ਆਪਾਂ ਬੇਨਤੀ ਕਰ ਲੈਂਦੇ ਹਾਂ। ਬੇਨਤੀ ਕਰੀ ਬਾਬਾ ਕਰਮ ਸਿੰਘ ਮਹਾਰਾਜ, ਕਹਿਣ ਲੱਗਾ ਭਾਈ ਇਹ ਤਾਂ ਮਰਜ਼ਾਦਾ ਹੀ ਹੈ ਪਰਮੇਸ਼ਰ ਦੀ, ਇਹ ਜਿਹੜਾ ਸਰੀਰ ਹੈ ਤਾਂ ਅਵਤਾਰਾਂ ਦੇ ਵੀ ਨਹੀਂ ਰਹੇ ਹਨ, ਨਾਲੇ ਤਾਂ ਪੁਰਾਣਾ ਹੋ ਗਿਆ।
ਕਹਿੰਦਾ ਨਾ ਮਹਾਰਾਜ ਤਾਂ ਰਾਕਸ਼ ਲੋਕ ਨੇ ਪਠਾਣ ਨੇ ਜਿਉਂਦੇ ਆਦਮੀ ਨੂੰ ਖਾ ਜਾਂਦੇ ਨੇ ਤੁਹਾਡੀ ਕਿਰਪਾ ਦੁਆਰਾ ਦੇਖੋ ਸੱਚਖੰਡ ਬਣਿਆ ਪਿਆ ਕਿਵੇਂ ਹਿੰਦੂ ਲੋਕ ਆਉਂਦੇ ਨੇ ਨਾ ਕੋਲ ਕੋਈ ਸੋਟੀ ਹੈ ਕੋਈ ਝਾਕ ਨਹੀਂ ਸਕਦਾ ਇਹਨਾਂ ਕੰਨ ਖੈਰ ਸੰਗਤ ਦੀ ਬੇਨਤੀ ਮੰਨ ਕੇ ਕਹਿੰਦੇ ਵੀ ਇਉਂ ਕਰਦੇ ਹਾਂ ਜਾਣਾ ਤਾਂ ਹੁਕਮ ਦੇ ਵਿੱਚ ਹੀ ਹੈ ਜਿੰਨੀ ਉਮਰ ਦੀ ਸਰੀਰ ਹੈ ਅਸੀਂ ਇਉਂ ਕਰ ਲੈਂਦੇ ਹਾਂ ਤੁਹਾਡੀ ਉਮਰ ਆ 2 ਸਾਲ 8 ਦਿਨ ਦੀ ਬਾਬਾ ਲਾਲ ਸਿੰਘ ਨੂੰ ਕਹਿੰਦੇ ਸਾਡੀ ਆ ਸਿਰਫ 8 ਦਿਨ ਦੀ ਜੇ ਤੁਸੀਂ ਇਸ ਤਰ੍ਹਾਂ ਕਹਿੰਦੇ ਹੋ ਤਾਂ ਫਿਰ ਇਉਂ ਕਰੋ ਤੁਸੀਂ ਅੱਜ ਤੋਂ 8ਵੇਂ ਨੂੰ ਚਲੇ ਜਾਓ 2 ਸਾਲ ਤੁਹਾਡੇ ਅਸੀਂ ਲੈ ਲੈਂਦੇ ਹਾਂ 2 ਸਾਲ ਹੋਰ ਰਹਿ ਪਾਂਗੇ ਬਾਬਾ ਕਹਿਣ ਲੱਗਾ ਮੈਨੂੰ ਮਨਜ਼ੂਰ ਆ ਲਾਲ ਸਿੰਘ ਦਾ 8ਵਾਂ ਦਿਨ ਆ ਗਿਆ ਗੁਰਮੁਖ ਫੌਜਾਂ ਦੇ ਵਿੱਚ ਪਤਾ ਲੱਗ ਗਿਆ ਪਠਾਣਾਂ ਨੂੰ ਪੁਰਾਣੇ ਨੇ ਉੱਧਰ ਪਿਓਰ ਹੀ ਪਿੰਡਾਂ ਪਠਾਣਾਂ ਦੇ ਹੀ ਨੇ ਸਾਰੇ ਬਹੁਤ ਇਕੱਠ ਹੋ ਗਿਆ ਕਲਪਾਣੀ ਨਦੀ ਦੇ ਕਿਨਾਰੇ 'ਤੇ ਸਾਰਾ ਲੰਗਰ ਵੀ ਉੱਥੇ ਹੀ ਤਿਆਰ ਕਰਿਆ ਵੀ ਬਾਬਾ ਲਾਲ ਸਿੰਘ ਮਹਾਰਾਜ ਦੀ ਡਿਊਟੀ 'ਤੇ ਲੰਗਰ ਦੀ ਉਸ ਟਾਈਮ ਦੇ ਵਿੱਚ ਕੈਮਰੇ ਵੀ ਘੱਟ ਹੁੰਦੇ ਸਨ ਉਹ ਇਸ ਤਰ੍ਹਾਂ ਦੇ ਨਾਲ 4 ਵੱਜ ਗਏ ਲੰਗਰ ਵਰਤਦੇ ਨੂੰ ਤਾਂ ਫਿਰ ਬਾਬਾ ਲਾਲ ਸਿੰਘ ਮਹਾਰਾਜ ਨੇ ਸਾਰਾ ਲੰਗਰ ਵਰਤਾ ਕੇ ਕਪਲਾਣੀ ਨਦੀ ਦੇ ਵਿੱਚ ਇਸ਼ਨਾਨ ਕਰਿਆ ਇਸ਼ਨਾਨ ਕਰਕੇ ਕੁਸਾ ਦਾ ਆਸਣ ਵਿਛਾ ਲਿਆ ਅਤੇ ਬਾਬਾ ਕਰਮ ਸਾ ਮਹਾਰਾਜ ਜੀ ਨੂੰ ਨਮਸਕਾਰ ਕਰਕੇ ਤਾਂ ਉਸ ਕੁਸਾ ਦੇ ਆਸਣ ਉੱਤੇ ਬਹਿ ਕੇ ਚਾਦਰ ਤਾਣ ਕੇ ਇਉਂ ਨਿਕਲ ਗਏ ਜਿਵੇਂ ਸੱਪ ਕੰਜ 'ਚੋਂ ਨਿਕਲ ਜਾਂਦਾ ਕਰੋ ਉਹ ਹੈਰਾਨ ਹੋ ਗਏ ਅੰਗਰੇਜ਼ ਲੋਕ ਹੈਰਾਨ ਉਹ ਇਸ ਤਰ੍ਹਾਂ ਦੇ ਨਾਲ ਜਿਹੜੇ ਪਰਮੇਸ਼ੁਰ ਦੇ ਪਿਆਰੇ ਹੁੰਦੇ ਨੇ ਨਾ ਇਹ ਆਪਣੀ ਮੌਜ ਨਾਲ ਜਾਂਦੇ ਨੇ ਅਤੇ ਪਰਮੇਸ਼ੁਰ ਦੇ ਹੁਕਮ ਦੇ ਵਿੱਚ ਆਉਂਦੇ ਨੇ ਜੋ ਉਹਨਾਂ ਦੀ ਡਿਊਟੀ ਆ ਉਹ ਕਰਦੇ ਨੇ ਫਿਰ ਇਹ ਮੌਜ ਦੇ ਵਿੱਚ ਚਲੇ ਜਾਂਦੇ ਫਿਰ 2 ਸਾਲ ਬਾਬਾ ਕਰਨ ਸਿੰਘ ਮਹਾਰਾਜ ਜੀ ਰਹੇ ਜਦ ਟਾਈਮ ਆ ਗਿਆ ਕਹਿਣ ਲੱਗੇ ਭਾਈ ਹੁਣ ਅਸੀਂ ਜਾਣਾ ਅਤੇ ਫਿਰ ਸੰਗਤਾਂ ਨੇ ਬੇਨਤੀ ਕਰੀ ਮਹਾਰਾਜ ਸਾਡਾ ਹੁਣ ਸਾਡੀ ਬਾਂਹ ਕਿਹਨੂੰ ਫੜਾਉਂਗੇ ਤਾਂ ਪਠਾਣੀ ਇਲਾਕਾ ਹੈ ਤਾਂ ਸਾਨੂੰ ਖਾ ਜਾਣਗੇ ਇੱਥੇ ਕਹਿੰਦੇ ਨਹੀਂ ਤੁਹਾਨੂੰ ਕੋਈ ਦੇ ਕੇ ਜਾਵਾਂਗੇ ਦੇ ਕੇ ਜਿਵੇਂ ਜਦ ਮਹਾਰਾਜ ਜੀ ਨੇ ਸਰੀਰ ਛੱਡਣਾ ਸੀ ਬਲਾਇਤ ਦੇ ਵਿੱਚ ਬੜਿਆ ਨੇ ਤਾਂ ਮੁੱਠੀ ਚਾਪੀ ਕਰਕੇ ਅਤੇ ਫਿਰ ਮੈਂ ਮਹਾਰਾਜ ਜੀ ਨੂੰ ਅਰਜ਼ ਕਰੀ ਵੀ ਮਹਾਰਾਜ ਠੀਕ ਹੈ ਤੁਹਾਡੀ ਹੈ ਮੌਜ ਅਸੀਂ ਇਹਦੇ ਵਿੱਚ ਕਿੰਤੂ ਨਹੀਂ ਕਰ ਸਕਦੇ ਹਾਂ ਅਤੇ ਉਹ ਦੱਸੋ ਫਿਰ ਸਾਡੀ ਬਾਂਹ ਹੁਣ ਕਿਹਨੂੰ ਫੜਾਈ ਹੈ ਕਹਿੰਦੇ ਤੁਹਾਡੀ ਬਾਂਹ ਛੋਟੇ ਸੰਤਾਂ ਨੂੰ ਫੜਾਈ ਹੈ ਉਹ ਨੇ ਕਹਿੰਦੇ ਹੁਣ ਇਸ ਤਾਕਤ ਦੇ ਮਾਲਕ ਉਹ ਇਸ ਤਰ੍ਹਾਂ ਦੇ ਨਾਲ ਫਿਰ ਉਹਨਾਂ ਨੇ ਆਪਣੀ ਮੌਜ ਦੇ ਵਿੱਚ ਸਰੀਰ ਛੱਡਿਆ ਸੀ ਗੁਰੂ ਫਿਰ ਬਾਬਾ ਆਇਆ ਸੀ ਮਹਾਰਾਜ ਜੀ ਲੰਗਰ ਦੇ ਵਿੱਚ ਸੇਵਾ ਕਰਦੇ ਹੁੰਦੇ ਸਨ ਸੱਦਿਆ ਕਹਿਣ ਲੱਗੇ ਭਾਈ ਤਾਂ ਸਾਡੇ ਨਾਲ ਚੱਲਣਾ ਜਵਾਨ 2 ਤਿਆਰ ਕਰ ਲਏ ਜਿਹਨੂੰ ਪਾਲਕੀ ਕਿਹਾ ਜਾਂਦਾ ਪਾਲਕੀ ਬਾਬਾ ਆਇਆ ਸਿੰਘ ਮਹਾਰਾਜ ਨੂੰ ਕਹਿਣ ਲੱਗੇ ਕਾਕਾ ਤੂੰ ਪਾਲਕੀ ਦੇ ਵਿੱਚ ਬੈਠ ਜਾ ਉਹ ਰੋਣ ਲੱਗ ਗਏ ਕਹਿੰਦੇ ਮਹਾਰਾਜ ਜੀ ਮੈਂ ਪਾਲਕੀ 'ਚ ਕਿਵੇਂ ਬੈਠ ਜਾਵਾਂ ਫਿਰ ਉਹਨਾਂ ਨੇ ਕੁੜਤਾ ਚੱਕ ਕੇ ਦਿਖਾਲਿਆ ਖੁਰਚਣੇ ਮਾਰੇ ਹੋਏ ਲਾਂਗਰੀਆਂ ਦੇ ਖੁਰਚਣੇ ਖੁਰਚਣੇ ਵੀ ਹਰੇਕ ਨਹੀਂ ਖਾ ਸਕਦਾ ਗੁਰਮੁਖ ਉਹ ਇਸ ਤਰ੍ਹਾਂ ਦੇ ਨਾਲ ਬਾਬਾ ਕਰਨ ਸਿੰਘ ਮਹਾਰਾਜ ਕਹਿੰਦੇ ਉਹ ਤਾਂ ਗਿਆ ਟਾਈਮ ਹੁਣ ਖੁਰਚਣਿਆਂ ਵਾਲਾ ਕਹਿੰਦੇ ਤੇਰੀ ਤਾਂ ਕੋਈ ਹਵਾ ਕੰਨੀ ਨਹੀਂ ਹੁਣ ਝਾਕ ਸਕਦਾ ਅਤੇ ਨਾਲੇ ਸਾਡੇ ਨਾਲੋਂ ਡੇਢਾ ਪ੍ਰਤਾਪ ਹੋਊਗਾ ਤੇਰਾ ਬਹਿ ਜਾ ਕਹਿੰਦੇ ਉਹ ਇਸ ਤਰ੍ਹਾਂ ਦੇ ਨਾਲ ਫਿਰ ਸੈਦੂ ਆ ਕੇ ਲੁੰਡਾ 'ਤੇ ਅਟਕ ਜਿੱਥੇ ਕੱਟੇ ਹੁੰਦੇ ਨੇ ਨਾ ਉੱਥੇ ਫਿਰ ਮਹਾਰਾਜ ਜੀ 1 ਹਫ਼ਤਾ ਰਹੇ ਐਲਾਨ ਕਰ ਦਿੱਤਾ ਵੀ ਜਿਹੜੇ ਪ੍ਰੇਮੀ ਨੇ ਕੁਛ ਮੰਗਣਾ ਮੰਗ ਲਓ ਮੰਗੀ ਗਏ ਜਿਹੋ ਜਿਹਾ ਕਿਸੇ ਦਾ ਫੁਰਨਾ ਸੀ ਫਿਰ ਰੇਰੂ ਸਾਹਿਬ ਵਾਲੇ ਸੰਤ ਮਹਾਰਾਜ ਜੀ ਆ ਗਏ ਅਤਰ ਸਿੰਘ ਇਹ ਵੀ ਫੌਜੀ ਸਨ ਪਹਿਲਾਂ ਬੋਲਾ ਵੀ ਸਿੱਧਾ ਹੀ ਹੁੰਦਾ ਸੀ ਆਪ ਹੀ ਫੌਜੀ ਆ ਅੱਜ ਕੱਲ੍ਹ ਕੁਛ ਸਭਤਾ ਆ ਗਈ ਕਹਿੰਦੇ ਤੂੰ ਮੰਗ ਕੀ ਮੰਗਣਾ ਹੁਣ ਉਹਦੀ ਮੰਗ ਤਾਂ ਸੀਗੀ ਕੋਈ ਹੋਰ ਉਹ ਵੀ ਤਰਕਾਲੀ ਸੀ ਨਾ ਗਾਂ ਜਿਹੜਾ ਸੀਗਾ
ਮੰਗਤਾ ਆ ਰੇਰੂ ਸਾਹਿਬ ਵਾਲੇ ਮਹਾਰਾਜ ਜੀ ਇਹ ਸੀ ਵੀ ਕਿਸੇ ਨਦੀ ਦੇ ਕਿਨਾਰੇ ਬੈਠ ਕੇ ਤਪੱਸਿਆ ਕਰੀਏ। ਜਦ ਜਗਿਆਸੂ ਗੁਰੂ ਦੇ ਸਾਹਮਣੇ ਆਉਂਦਾ ਨਾ ਕਹਿੰਦੇ ਇਸ ਨੂੰ ਗੱਲ ਯਾਦ ਨਹੀਂ ਰਹਿੰਦੀਆਂ, ਬਸ ਤਾਕਤ ਇੰਨੀ ਹੁੰਦੀ ਹੈ ਮਹਾਂਪੁਰਸ਼ਾਂ ਦੇ ਵਿੱਚ। ਹੋਜੀਆ ਤੂੰ ਮੰਗ ਵੇ ਕੀ ਮੰਗਦਾ? ਕਹਿੰਦਾ ਮਹਾਰਾਜ ਜੀ ਸੇਵਾ ਬਖਸ਼ ਦਿਓ, ਸੇਵਾ। ਕਹਿੰਦੇ ਫੌਜੀਆ ਮੰਗਤਾ ਤੇਰੀ ਹੋਰ ਤੀ ਬਈ, ਤੈਂ ਮੰਗ ਲਈ ਸੇਵਾ। ਕਹਿੰਦੇ ਚੰਗਾ, ਜਾਂ ਤੈਨੂੰ ਸੇਵਾ ਵੀ ਦਿੰਦੇ ਹਾਂ, ਪਰ ਜਿਹੜੀ ਤੇਰੀ ਪਹਿਲੀ ਮੰਗ ਹੈ ਨਾ ਉਹ ਵੀ ਤੇਰੀ ਉਸੇ ਤਰ੍ਹਾਂ ਹੀ ਬਣੀ ਰਹੇਗੀ। ਆਓ ਇਸ ਤਰ੍ਹਾਂ ਦੇ ਨਾਲ ਫਿਰ ਬਾਬਾ ਕਰਮ ਸਿੰਘ ਮਹਾਰਾਜ ਜੀ ਨੇ ਆਪਣੀ ਮੌਜ ਦੇ ਨਾਲ ਸਰੀਰ ਛੱਡਿਆ, ਬਕਸੇ ਦੇ ਵਿੱਚ ਸਰੀਰ ਨੂੰ ਰੱਖ ਕੇ ਅੱਟ ਕਰ ਲੁੜਾ ਜਿੱਥੇ ਇਕੱਠਾ ਆਉਂਦਾ ਉੱਥੇ ਬਖਸ਼ਾ ਤਾਰ ਦਿੱਤਾ, ਡੁੱਬ ਗਿਆ। ਆਓ ਇਸ ਤਰ੍ਹਾਂ ਦੇ ਨਾਲ ਫਿਰ ਰੇਰੂ ਸਾਹਿਬ ਆ ਜਾਓ। ਬਾਬਾ ਆਤਰ ਸਿੰਘ ਮਹਾਰਾਜ ਜੀ ਸਾਲ ਅੱਗੋਂ ਦੱਸ ਦਿੱਤਾ ਵੀ ਅਸੀਂ ਸਰੀਰ ਛੱਡਣਾ ਗੁਰਮੁਖ ਹੋਣ, ਸਾਡੇ ਬਜ਼ੁਰਗਾਂ ਦੇ ਅੰਗੀਠੇ ਨੇ ਅਟਕ ਦੇ ਵਿੱਚ, ਉੱਥੇ ਚਲੇ ਗਏ। ਘਰ ਪਿੰਡ ਵਾਲੇ ਪ੍ਰੇਮੀ ਲੈ ਆਏ, ਉੱਥੇ ਰਹਿੰਦੇ ਰਹਿੰਦਾ ਟਾਈਮ ਆ ਗਿਆ ਨਾ ਤਾਂ ਕਸੂਰੀ ਲਾਲ ਇੱਕ ਭੱਲਾ ਸੀਗਾ ਉੱਥੇ ਦਰਾਹੇ ਮੰਡੀ, ਉਹਦੇ ਔਲਾਦ ਨਹੀਂ ਸੀ। ਮਨਸਾ ਦਾਸ ਦੀ ਰੌਂਪੁਰ ਦਾ ਇੱਕ ਪ੍ਰੇਮੀ, ਚੰਗਾ ਪ੍ਰੇਮੀ ਸੀ ਮਹਾਰਾਜ ਜੀ ਦਾ, ਉਹਦੇ ਕੋਲ ਮੋਟਰ ਵੀ ਸੀ। ਤਾਂ ਉਹ ਕਹਿਣ ਲੱਗਿਆ ਵੀ ਕਿਸ਼ੋਰੀ ਲਾਲ, ਜੇ ਤੂੰ ਸੰਤ ਮਹਾਰਾਜ ਦੇ ਚਰਨ ਪਵਾ ਲੈਣਾ ਪਾਠ ਕਰਕੇ, ਜਾਂ ਤੇਰੇ ਘਰ ਔਲਾਦ ਹੋ ਜੂਗੀ, ਮੈਂ ਤੇਰੇ ਨਾਲ ਚੱਲਣਾ। ਹੋਰ ਬਖਤਾਵਰ ਸਿੰਘ ਜੈਲਦਾਰ ਸੀ, ਇਹ ਜੇ ਹੋਰ ਪਤਵੰਤ ਸੱਜਣ ਸਨ ਆਏ ਮਹਾਰਾਜ ਜੀ ਬਗੀਚੀ 'ਚ ਸਨ, ਬੇਨਤੀ ਕਰੀ ਆ ਕੇ ਮਹਾਰਾਜ ਕਹਿੰਦੇ ਚੰਗਾ ਸਿੰਘਾਂ ਨੂੰ ਲੈ ਜਾਓ, ਪਾਠ ਸ਼ੁਰੂ ਕਰ ਦਿਓ, ਭੋਗ 'ਤੇ ਅਸੀਂ ਆਪੇ ਹੀ ਆ ਜਾਵਾਂਗੇ। ਮਨਸਾ ਦਾਸ ਕਹਿੰਦਾ ਮਹਾਰਾਜ ਜੀ ਮੋਟਰ ਲਿਆਈਏ? ਮਹਾਰਾਜ ਕਹਿੰਦੇ ਸਾਡੀਆਂ ਤਾਂ ਲੱਤਾਂ ਹੀ ਮੋਟਰ ਨੇ। ਮਹਾਰਾਜ ਜੀ ਬਹੁਤ ਤੁਰਦੇ ਜੀ, ਅਨੰਦਪੁਰ ਸਾਹਿਬ ਚਲੇ ਜਾਂਦੇ, ਸ਼ਾਮ ਨੂੰ ਸਵੇਰ ਨੂੰ ਮੁੜ ਆਉਂਦੇ ਸੀ। ਖੈਰ ਭੋਗ ਪੈਣਾ ਦੀ ਆਪਣੇ ਮਹਾਰਾਜ ਜੀ ਦੇ ਅੜਦਲੀ, ਭੋਗ ਦੇ ਟਾਈਮ 'ਤੇ ਮਹਾਰਾਜ ਜੀ ਲਾਈਨ ਪੈ ਕੇ ਚਲੇ ਗਏ। ਉਹਨਾਂ ਦਾ ਨਹਿਰ ਦੇ ਨਾਲ ਹੀ ਸੀ ਮਕਾਨ, ਅੱਬ ਵੀ ਹੈਗਾ, ਸਤੀਰੀਆਂ ਦਾ ਬਿਜਨਸ ਸੀ ਉਹਨਾਂ ਦਾ, ਸਤੀਰੀਆਂ ਦਾ। ਫਲੋਰ ਵੀ ਕੋਠੀ ਹੈ ਉਹਨਾਂ ਦੀ, ਪਿਛੋਕਾ ਉਹਨਾਂ ਦਾ ਸੀਗਾ ਲਾਹੌਰ ਦਾ, ਲਾਹੌਰ ਵੀ ਕੋਠੀ ਹੈ, ਜਲੰਧਰ ਵੀ ਕੋਠੀ ਹੈ ਉਹਨਾਂ ਦੀ। ਹਾਲਾਤ ਨਹੀਂ ਸੀ, ਪਾਠ ਹੋ ਰਿਹਾ ਸੀ। ਪ੍ਰੇਮੀਆਂ ਨੇ ਬੇਨਤੀ ਕਰੀ ਮਹਾਰਾਜ ਜੀ ਇਹਦੇ ਔਲਾਦ ਨਹੀਂ ਹੈ, ਅਰਦਾਸ ਕਰਾ ਦਿਓ। ਖੈਰ ਮਹਾਰਾਜ ਜੀ ਨੇ ਸੁਣ ਲਈ ਇਹ ਗੱਲ। ਆਓ ਫਿਰ ਰਾਗੀ ਸਿੰਘ ਕੀਰਤਨ ਕਰਦੇ ਸਨ, ਰਾਗੀ ਆਪਣੇ ਮਹਾਰਾਜ ਜੀ ਨਾਲ ਸਨ, ਬਹੁਤ ਦੁਬਲਾ ਸਰੀਰ ਸੀ, ਲੀੜੇ ਵੀ ਬਹੁਤ ਮੈੜੇ ਸਨ। ਅਸੀਂ ਤਾਂ ਹੁਣ ਦਾਗ ਨਹੀਂ ਲੱਗਣ ਦਿੰਦੇ ਸੀ ਲੀੜੇ ਨੂੰ, ਅਤੇ ਰਾਗੀ ਸਿੰਘਾਂ ਨੂੰ ਇਸ਼ਾਰਾ ਕਰਤਾ, ਕਹਿੰਦੇ ਬਾਜਾ ਇਹ ਨਿੱਕੇ ਨੂੰ ਦੇ ਦਿਓ। ਸੰਤ ਮਹਾਰਾਜ ਜੀ ਨੂੰ ਬਾਜਾ ਫੜਾ ਦਿੱਤਾ ਗੁਰਮੁਖ, ਹੁਣ ਆਪ ਨਹੀਂ ਜਵਾਨ 'ਤੇ ਕਹਿੰਦੇ ਨੇ ਕਾਕਾ ਇਉਂ ਸ਼ਬਦ ਪੜ੍ਹ ਵੀ ਜਿਹੜਾ ਚਾਰ ਯੁੱਗਾਂ ਦੀ ਆਰਜਾ ਵਾਲਾ ਸੀ ਨਾ ਮਾਰ ਕੰਡਾ, ਉਹ ਛਪਰੀ ਦੇ ਵਿੱਚ ਦਿਨ ਕੱਟ ਕੇ ਤੁਰ ਗਿਆ, ਇਉਂ ਪੜਾਇਆ ਪੜੋ ਬਰੇ।
ਸਮੇਂ ਮਹਾਰਾਜ ਜੀ ਨੇ ਸ਼ਬਦ ਪੜ੍ਹਿਆ ਸਲੋਕ ਸ਼ੱਕਾ ਅਰ ਪੌੜੀ ਫਿਰ ਕਹਿਣ ਲੱਗੇ ਕਾਕਾ ਹੁਣ ਇਉਂ ਪੜ੍ਹ ਵੀ ਜਿਹੜਾ ਸਰੀਰ ਨਾ ਤਨ ਜੋਬਨ ਫੁੱਲਾਂ ਦੀਆਂ ਬਾੜੀਆਂ ਖਿੜੀਆਂ ਨਹੀਂ ਸਦਾ ਰਹਿਣੀਆਂ ਫਿਰ ਮਹਾਰਾਜ ਜੀ ਨੇ ਪੜ੍ਹਿਆ ਗੁਰੂ ਸ਼ਬਦ ਪੜ੍ਹਿਆ ਫਿਰ ਸਲੋਕ ਔਰ ਸ਼ੱਕਾ ਪੌੜੀ ਪੜ੍ਹ ਕੇ ਫਿਰ ਇਸ਼ਾਰਾ ਕਰਿਆ ਕਹਿੰਦੇ ਕਾਕਾ ਹੁਣ ਇਹ ਸ਼ਬਦ ਪੜ੍ਹਦੇ ਬਈ ਹੋਣਗੇ ਸੰਯੋਗਾਂ ਨਾਲ ਮੇਲੇ ਨਦੀਆਂ ਦੇ ਪੈਣ ਵਿਛੜੇ ਉਹ ਪੜ੍ਹ ਕਹਿੰਦੇ ਪਤਾ ਨਹੀਂ ਲੱਗਿਆ ਮਹਾਰਾਜ ਕਹਿੰਦੇ ਸ਼ਬਦ ਪੜ੍ਹਾਏ ਅਤੇ ਫਿਰ ਭੋਗ ਪੈਣਾ ਸ਼ੁਰੂ ਹੋ ਗਿਆ ਮਹਾਰਾਜ ਜੀ ਨੂੰ ਬੇਨਤੀ ਕਰੀ ਬਖਤੌਰ ਸਿੰਘ ਜੈਲਦਾਰ ਨੇ ਭਈ ਮਹਾਰਾਜ ਜੀ ਕਿਰਪਾ ਕਰੋ ਅਰਦਾਸ ਕਰਾ ਦਿਓ ਜਾਪ ਕਰ ਦਿਓ ਇਹ ਤਾਂ ਮਹਾਂਪੁਰਸ਼ਾਂ ਦੀ ਮੌਜ ਆ ਗੁਰਮੁਖੋ ਜੇ ਆਪ ਕਰ ਦੇਣਗੇ ਤਾਂ ਵੀ ਜੇ ਕਿਸੇ 'ਤੇ ਕਰਾ ਦੇਣ ਤਾਂ ਵੀ ਇੱਕੋ ਹੀ ਗੱਲ ਹੈ ਅੰਦਰੋਂ ਫੁਰਨਾ ਉਹਨਾਂ ਨੇ ਕਰਨਾ ਕਹਿੰਦੇ ਚੰਗਾ ਅਰਦਾਸ ਕਰ ਦਿਓ ਅਰਦਾਸ ਕੀਤੀ ਗਈ ਬਈ ਭਾਈ ਕੁਸਾਰੀ ਕਸੋਰੀ ਲਾਲ ਨੇ ਪਾਠ ਕਰਾਇਆ ਫੁਰਨਾ ਇਹਦਾ ਇਹ ਹੈ ਵੀ ਮੈਨੂੰ ਪੁੱਤਰ ਦੀ ਦਾਤ ਮਿਲ ਜਾਵੇ ਚਾਰ ਪੁੱਤਰ ਹੋਏ ਫਿਰ ਉਹਦੇ ਗੁਰੂ ਉਹ ਮਹਾਰਾਜ ਜੀ ਰੇਰੂ ਸਾਹਿਬ ਆ ਗਏ ਭਾਗ ਸਿੰਘ ਨਾਵੇਂ ਇੱਕ ਬਦਾਂਤੀ ਸੀ ਉਹ ਮਹਾਰਾਜ ਜੀ ਨੂੰ ਮਿਲਿਆ ਕਹਿੰਦਾ ਮਹਾਰਾਜ ਜੀ ਜਿਹੜੇ ਤੁਸੀਂ ਅੱਜ ਸ਼ਬਦ ਪੜ੍ਹਾਏ ਨੇ ਇਹ ਤੁਹਾਡੀ ਅਵਸਥਾ ਦੇ ਤਾਂ ਹੈ ਨਹੀਂ ਤੁਸੀਂ ਤਾਂ ਹੋ ਆਤਮਦਰਸ਼ੀ ਤੁਸੀਂ ਹੋ ਬ੍ਰਹਮ ਗਿਆਨੀ ਇਹ ਸ਼ਬਦ ਤੁਸੀਂ ਕਿਉਂ ਪੜ੍ਹੇ ਨੇ ਮਹਾਰਾਜ ਕਹਿੰਦੇ ਪਰਸੋਂ ਨੂੰ ਪੜ੍ਹਾਂਗੇ ਉਹਨੂੰ ਵੀ ਨਹੀਂ ਪਤਾ ਲੱਗਿਆ ਗੁਰਮੁਖ ਉਹ ਇਸ ਤਰ੍ਹਾਂ ਦੇ ਨਾਲ ਛਪੜੀ 'ਚੋਂ ਬੈਠਣੋਂ ਹਟ ਗਏ ਜਦ ਉੱਥੋਂ ਦੀ ਲੱਖਦੇ ਨੇ ਬਗੀਚੀ ਨੂੰ ਇਉਂ ਕਹਿ ਕੇ ਜਾਂਦੇ ਨੇ ਛੱਪੜੀ ਕਹੂਗੀ ਬਈ ਮੇਰੇ 'ਚ ਬੈਠਣ ਵਾਲਾ ਖਨੀ ਕਿੱਧਰ ਨੂੰ ਚੱਲਿਆ ਗਿਆ ਉਹ ਇਸ ਤਰ੍ਹਾਂ ਦੇ ਨਾ ਆਪਣੀ ਮੌਜ ਦੇ ਨਾਲ ਸਰੀਰ ਛੱਡਿਆ ਗੁਰਮੁਖ ਬਕਸੇ ਦੇ ਵਿੱਚ ਸਰੀਰ ਨੂੰ ਰੱਖ ਕੇ ਉਹ ਦਰਿਆ ਅਟਕ 'ਤੇ ਲੈ ਗਏ ਜਿੱਥੇ ਅਟਕ 'ਤੇ ਲੁੰਡਾ ਇਕੱਠਾ ਹੁੰਦਾ ਗੁਰਮੁਖ ਬਕਸੇ ਤਾਰ ਦਿੱਤਾ ਪਾਰ ਬੰਨਿਆ ਜਾਂਦਾ ਹੁੰਦਾ ਬਕਸੇ ਦੇ ਨਾਲ ਬਕਸਾ ਡੁੱਬ ਗਿਆ ਡੁੱਬਣ ਤੋਂ ਇੱਕ ਪਿੰਡ ਪਛੜ ਗਿਆ ਪਠਾਣਾ ਦਾ ਕਿਉਂ ਜਦ ਮਹਾਰਾਜ ਜੀ ਉੱਥੇ ਜਾਂਦੇ ਸਨ ਬਰਸੀ ਮਨਾਉਣ ਵਾਸਤੇ ਤਾਂ ਉਹਨਾਂ ਦੀ ਸ਼ਰਧਾ ਬਾਬਾ ਕਰਮ ਸਿੰਘ ਮਹਾਰਾਜ ਵਾਲੀ ਬਾਬਾ ਤਰ ਸਿੰਘ ਮਹਾਰਾਜ 'ਤੇ ਹੋਈ ਸੀ ਕਿਉਂ ਸਾਰਾ ਜੋਗਸ ਤੁਰਨਾ ਬੈਠਣਾ ਜੋ ਸਾਰਾ ਬਾਬਾ ਕਰਮ ਸਿੰਘ ਮਹਾਰਾਜ ਵਰਗਾ ਸੀ ਉਹ ਆ ਗਏ ਪਿੱਛੋਂ ਉਹ ਫਿਰ ਜਿਹੜੇ ਪ੍ਰੇਮੀ ਸਨ ਸ਼ਰਧਾ ਵਾਲੇ ਸਨ ਕਹਿੰਦੇ ਆ ਬਾਬਾ ਅਤਰ ਸਿਆ ਜੇ ਤੂੰ ਬਾਬਾ ਕਰਮ ਸਿੰਘ ਮਹਾਰਾਜ ਦਾ ਸਰੂਪ ਹੈ ਨਾ ਤਾਂ ਫਿਰ ਇੱਕ ਦਫ਼ਾ ਬਾਹਰ ਨਿਕਲ ਕੇ ਸਾਨੂੰ ਦਰਸ਼ਨ ਦੇ
ਕਹਿੰਦੇ ਡੁੱਬਿਆ ਹੋਇਆ ਬਖਸ਼ਾ ਪਾਣੀ 'ਤੇ ਤਰਨ ਲੱਗ ਗਿਆ ਗਰੁੰਖ। ਉਹਨਾਂ ਨੇ ਸਿਜਦਾ ਕੀਤਾ, ਬਖਸ਼ਾ ਥੱਲੇ ਬਹਿ ਗਿਆ। ਆਓ ਹੁਣ ਟਾਈਮ ਹੋ ਗਿਆ, ਅਖੰਡ ਪਾਠਾਂ ਦੇ ਭੋਗ ਪਾਏ ਜਾਣਗੇ, ਉਸ ਤੋਂ ਫਿਰ ਆਸਾ ਦੀ ਵਾਰ ਦਾ ਕੀਰਤਨ ਹੋਵੇਗਾ, ਉਸ ਤੋਂ ਉਪਰੰਤ ਅੰਮ੍ਰਿਤ ਪ੍ਰਚਾਰ ਹੋਵੇਗਾ। ਫਿਰ 10:30 ਦੇ ਦਰਮਿਆਨ ਦੇ ਵਿੱਚ ਉਹ ਬੱਚਿਆਂ ਦਾ ਜਿਹੜਾ ਕਾਲਜ ਬਣਨਾ, ਆ ਜਿੱਥੇ ਮੰਡੀ ਆ ਇੱਧਰ ਨੂੰ ਖਿਡਾਉਣੀ ਕੰਨੀ ਨੂੰ, ਉਹਦਾ ਨੀਂਹ ਪੱਥਰ ਰੱਖਿਆ ਜਾਵੇਗਾ। ਆ ਹੁਣ ਪ੍ਰੇਮ ਨਾਲ ਸੁਣੋ।